ਕੀਤੀਆਂ ਇੱਕ ਸੀਗਾ ਟਾਈਮ ਲੋਕ ਤਾਨੇ ਸੀਗੇ ਕੱਸਦੇ ਮਿਡਲ ਕਲਾਸ ਬੰਦਾ ਮੈਨੂੰ ਸੀਗੇ ਦੱਸਦੇ ਪੈਸੇ ਨਾਲ ਜੱਜ ਕਰਦੇ ਸੀਗੇ ਉਹ ਕਾਤਾਂ ਨੂੰ ਸ਼ਕਲੋਂ ਨੀ ਸੋਹਣਾ ਬਾਈ ਆਖ ਕੇ ਸੀ ਹੱਸਦੇ ਉਹ ਵੇਖਦੇ ਨੇ ਸਾਰੇ ਹੁਣ ਗੇਮਾਂ ਕਿੱਦਾਂ ਪੈਂਦੀਆਂ ਕਰਦਾ ਜੋ ਗੱਲਾਂ ਇੱਥੇ ਸਦਾ ਨੀ नजर रखियो जानदे सी ओ अपने मुहों दस्यो नजर रखियो6 बजे सुते ਸਵੇਰੇ 11 ਵਜੇ ਅੰਮ੍ਰਿਤਸਰ ਸਿਟੀ ਐਕਸਪਲੋਰ ਕਰਨੀ ਸ਼ੁਰੂ ਕੀਤੀ ਔਰ ਹੁਣੀ ਅਸੀਂ 8:30 ਵਜੇ ਘਰੇ ਆਏ ਰੋਟੀ ਪਾਣੀ ਮੰਮਾ ਪਾਪਾ ਨੂੰ ਖਵਾਇਆ ਆਪ ਖਾਧਾ ਬਿਕੋਜ਼ ਸਵੇਰ ਦਾ ਸਾਰਾ ਘਰ ਦਾ ਕੰਮ ਮੰਮਾ ਪਾਪਾ ਸਾਂਭਣ ਡੇ ਸੀਗੇ ਮੈਂ ਸੋਚਿਆ ਚਲੋ ਐਟਲੀਸਟ ਹੁਣ ਤਾਂ ਰੋਟੀ ਪਕਾ ਕੇ ਖਵਾਦਾ ਮੰਮਾ ਉਹਨਾਂ ਨੂੰ ਥੱਕੇ ਹੋਣਗੇ ਸਵੇਰ ਦੇ ਤਾਂ ਰੋਟੀ ਪਾਣੀ ਮੰਮਾ ਉਹਨਾਂ ਨੂੰ ਖਵਾਇਆ ਔਰ ਜਿੱਦਾਂ ਹੀ ਰੋਟੀ ਖਾ ਕੇ ਲਾਡੀ ਦੀ ਅੱਧੀ ਬੁਰਕੀ ਮੂੰਹ 'ਚ ਸੀ ਮੈਂ ਕਿਹਾ ਭੱਜੋ ਜਾ ਕੇ ਸਟੂਡੀਓ ਤੋਂ ਸਮਾਨ ਲਾ ਕੇ ਲੈ ਕੇ ਆਓ ਸੋ ਫਟਾਫਟ ਜਾ ਕੇ ਸਮਾਨ ਲਾ ਕੇ ਲੈ ਕੇ ਆਏ ਅਤੇ ਫਟਾਫਟ ਸੈਟਿੰਗ ਕੀਤੀ ਲਾਈਟਿੰਗ ਸਿਸਟਮ ਸਭ ਕੁਝ ਕਰਕੇ ਅਤੇ ਫਾਈਨਲੀ ਮੰਨ ਜਾਣ ਲਾਈਵ ਸੋ ਇਹਦੇ ਲਈ ਥੋੜ੍ਹਾ ਜਿਹਾ ਟਾਈਮ ਲੱਗ ਗਿਆ ਅਤੇ ਬਹੁਤ ਖੁਸ਼ੀ ਵੀ ਹੋਈ ਕਿ ਤੁਸੀਂ ਸਾਡੀ ਵੇਟ ਕੀਤੀ ਅਤੇ ਥੈਂਕ ਯੂ ਸੋ ਮਚ ਸਾਡੇ ਵਲੌਗਸ ਨੂੰ ਅਤੇ ਸਾਡੀ ਸਾਰੀ ਫੈਮਿਲੀ ਨੂੰ ਇੰਨਾ ਪਿਆਰ ਕਰਨ ਲਈ ਅਤੇ ਜਿਹੜੇ ਲਾਈਵ ਸਟ੍ਰੀਮ 'ਚ ਜੁੜ ਚੁੱਕੇ ਨੇ ਜਲਦੀ ਜਲਦੀ ਲਾਈਕ ਕਰ ਦਿਉ ਲੇਟ ਆਏ ਆ ਜਿੰਨੇ ਜੁੜਨਗੇ ਆਪਾਂ ਇੰਜੋਏ ਕਰਾਂਗੇ ਕਿਉਂਕਿ ਅੱਜ ਆਪਾਂ ਇੱਦਾਂ ਕਿਹਾ ਕਿ ਅੱਜ ਵਲੌਗ ਨਹੀਂ ਆਇਆ ਆਪਾਂ ਇੱਦਾਂ ਕਰਦੇ ਹਾਂ ਆਪਣੇ ਸਬਸਕ੍ਰਾਈਬਰ ਦੇ ਨਾਲ ਕੋਈ ਸਕ੍ਰਿਬਲ ਵਗੈਰਾ ਗੇਮ ਖੇਡਾਂਗੇ ਅਤੇ ਬਾਕੀ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿੰਦੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣਗੇ ਨਾਲ ਆਪਾਂ ਪੀਵਾਂਗੇ ਮੰਮਾ ਦੀ ਸਪੈਸ਼ਲ ਚਾਹ ਹਾਂ ਲੇਟ ਨਾਈਟ ਚਾਹ ਵਾ ਅਤੇ ਲੇਟ ਨਾਈਟ ਚਾਹ ਕੌਣ ਕੌਣ ਪੀਂਦਾ ਵੈਸੇ ਤਾਂ ਦੁੱਧ ਪੀਣਾ ਚਾਹੀਦਾ ਚਾਹ ਨਹੀਂ ਪੀਣੀ ਚਾਹੀਦੀ ਅਸੀਂ ਦੁੱਧ ਵੀ ਪੀਣਾ ਕਿਉਂਕਿ ਸਾਡੀ ਰਾਤ ਹੋਣੀ ਆ 4 ਵਜੇ ਤੋਂ ਬਾਅਦ 4 ਵਜੇ ਤੋਂ ਬਾਅਦ ਜੇ ਬਾਬਾ ਟਾਈਮ ਜਾਗਣਾ ਜੇ ਬਾਬਾ ਦਿਨ ਪਿਆ ਸੋ ਜਲਦੀ ਜਲਦੀ ਲਾਈਕ ਕਰ ਦਿਓ 323 ਲਾਈਕ ਹੋ ਗਏ 350 ਲਾਈਕ ਕੰਪਲੀਟ ਕਰਦੇ ਆ ਤੇ ਫਿਰ ਤੁਹਾਨੂੰ ਮੈਂ ਜਿਹੜੇ ਸਾਡੇ ਨਾਲ ਅੱਜ ਸਾਡਾ ਹਰਮਨ ਪਿਆਰਾ ਯਾਰ ਵਿਕਰਮ ਸਾਹਮਣੇ ਆ ਜਾ ਮੇਰਾ ਵੀਰ ਕਿੱਥੇ ਆ ਆ ਹੈਲੋ ਵਿਕਰਮ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਨੇ ਬਹੁਤ ਕੈਟ ਹੋਵੋਗੇ ਤੇ ਸ਼ੁਰੂ ਕਰਦੇ ਅੱਜ ਦਾ ਕੈਟ ਜਾ ਲਾਈਵ ਵਾਹ ਤੇ ਸਾਡੇ ਟੀਮ ਦੀ એનર્ਜੀ ਦੇਖੋ ਸਾਰਾ ਦਿਨ ਧੁੱਪੇ ਅੰਮ੍ਰਿਤਸਰ ਆਪਾਂ ਫਿਰਦੇ ਆ ਹਨਾ ਐਕਸਪਲੋਰ ਕਰਦੇ ਰਹੇ ਬਹੁਤ ਜ਼ਿਆਦਾ ਐਕਸਪਲੋਰ ਕੀਤਾ ਤੇ ਅਜੇ ਵੀ એનર્ਜੀ 8 ਟਾਈਮ ਵੀ ਪੂਰੀ ਫੁੱਲਿਆ ਤੇ ਮਜ਼ਾ ਆਉਂਦਾ ਯਾਰ ਇਦਾਂ ਕੰਮ ਕਰਨ ਦਾ ਬਹੁਤ ਸੋ ਅੱਜ ਮਤਲਬ ਅਸੀਂ ਜਿੰਨੀਆਂ ਵੀ ਜਗ੍ਹਾ ਦੇਖੀਆਂ ਨਾ ਉਹਦੇ ਵਿੱਚ ਸਾਰਾ ਕ੍ਰੈਡਿਟ ਵਿੱਕੀ ਭਾਈ ਨੂੰ ਹੈ ਕਿਉਂਕਿ ਵਿੱਕੀ ਭਾਈ ਨੇ ਸਾਨੂੰ ਉਹ ਜਗ੍ਹਾ ਦਿਖਾਈਆਂ ਅਕਸਰ ਅੰਮ੍ਰਿਤਸਰ ਜਾਂਦੇ ਰਹਿੰਦੇ ਸੀ ਲੇਕਿਨ ਕਦੀ ਇਦਾਂ ਦਾ ਨਹੀਂ ਦੇਖ ਪਾਏ ਥੈਂਕ ਯੂ ਵਿਕਰਮ ਭਾਜੀ ਜਿਨ੍ਹਾਂ ਨੇ ਸਾਨੂੰ ਇਹ ਮਤਲਬ ਕਿ ਜਗ੍ਹਾ ਦਿਖਾਈਆਂ ਆਈ ਫੀਲ ਸੋ ਲੱਕੀ ਕਿ ਵਿਕਰਮ ਭਾਜੀ ਸਾਡੇ ਟੀਮ ਮੈਂਬਰ ਨੇ ਜੀ ਬਿਲਕੁਲ ਤੇ ਇਸ ਤਰ੍ਹਾਂ ਹੀ ਆਪਾਂ ਤੁਹਾਡੇ ਲਈ ਨਵਾਂ ਨਵਾਂ ਕੰਮ ਲਿਆਉਂਦੇ ਰਹਾਂਗੇ ਨਵੇਂ ਨਵੇਂ ਚੀਜ਼ਾਂ ਤੁਹਾਡੇ ਸਾਹਮਣੇ ਲਿਆਵਾਂਗੇ ਤੇ ਕੱਲ ਨੂੰ ਆ ਰਿਹਾ ਆ ਪਹਿਲਾ ਐਪੀਸੋਡ ਐਕਸਪਲੋਰ ਸੀਰੀਜ਼ ਦਾ ਤੇ ਇੰਨਾ ਜ਼ਿਆਦਾ ਖਾਸ ਹੈ ਨਾ ਬਲੀਵ ਕਰਿਓ ਲਾਈਕ ਜਦੋਂ ਅਸੀਂ ਉਹਨੂੰ ਰਿਕਾਰਡ ਕਰਨ ਡਏ ਨਾ ਮੇਰੇ ਅੱਖਾਂ 'ਚ ਪਾਣੀ ਸੀ ਲਾਡੀ ਜੀ ਇਮੋਸ਼ਨਲ ਹੋ ਰਹੇ ਸੀ ਵਿੱਕੀ ਭਾਜੀ ਜਦੋਂ ਇਤਿਹਾਸ ਦੱਸਣ ਡਏ ਸੀ ਉਹਨਾਂ ਚੀਜ਼ਾਂ ਦਾ ਜਾਂ ਅਸੀਂ ਉਹ ਚੀਜ਼ਾਂ ਲਾਈਵ ਦੇਖੀਆਂ ਤੇ ਸਮਟਾਈਮਸ ਮੈਨੂੰ ਫੀਲ ਐਵੇਂ ਹੋਇਆ ਕਿ ਯਾਰ ਆਪਾਂ ਕਿੰਨੇ ਲੱਕੀ ਹਾਂ ਆਪਾਂ ਪੰਜਾਬ 'ਚ ਜੰਮੇ ਆਪਾਂ ਪੰਜਾਬੀ ਹਾਂ ਨਾ ਆਪਾਂ ਐਡੇ ਵੱਡੇ ਇਤਿਹਾਸ ਨੂੰ ਬਿਲੋਂਗ ਕਰਦੇ ਹਾਂ ਸੋ ਬੜੀ ਜ਼ਿਆਦਾ ਵਧੀਆ ਤੁਸੀਂ ਕੱਲ੍ਹ ਵਲੌਗ ਜ਼ਰੂਰ ਦੇਖਿਓ ਅਤੇ ਤੁਸੀਂ ਵੀ ਫੀਲ ਕਰੋਗੇ ਤੇ ਆਪਾਂ ਵੈਸੇ ਆਪਾਂ ਕਹਿੰਦੇ ਹਾਂ ਨਾ ਕਿ ਸਰਕਾਰਾਂ ਸਾਡੇ ਵਾਸਤੇ ਕੁਝ ਨਹੀਂ ਕਰਦੀਆਂ ਕੱਲ ਦਾ ਵਲੌਗ ਦੇਖਿਓ ਪਤਾ ਲੱਗੇਗਾ ਕਿ ਸਰਕਾਰ ਨੂੰ ਸੱਚੀ ਚ ਕੰਮ ਕਰਦੀਆਂ ਕਿ ਨਹੀਂ ਸਾਡੇ ਵਾਸਤੇ ਬਿਲਕੁਲ ਸੰਦੀਪ ਕੌਰ ਜੀ ਕਹਿ ਰਹੇ ਨੇ ਹੈਲੋ ਵਿਕਰਮ ਭਾਜੀ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੇ ਵਿੱਚ ਕਿਸੇ ਦਾ ਕਮੈਂਟ ਆਇਆ ਕਿ ਤੁਹਾਡੀ ਆਵਾਜ਼ ਹਾਂ ਇੱਕਦਮ ਆਵਾਜ਼ ਬੰਦ ਹੋ ਗਈ ਸੀ ਕਿ ਕਿਉਂਕਿ ਉਹ ਨਾ ਵਿੱਕੀ ਦੀ ਆਵਾਜ਼ ਵਿੱਚ ਆਉਂਦੇ ਸੀ ਕਿ ਉਹਨੇ ਲਾਈਵ ਸਟ੍ਰੀਮ ਪਲੇ ਕੀਤੀ ਸੀ ਤੂੰ ਤੇ ਉਹਦੀ ਆਵਾਜ਼ ਆਉਂਦੀ ਇਸ ਕਰਕੇ ਮੈਂ ਤੈਨੂੰ ਮਿਊਟ ਕਰਨਾ ਤੇ ਮੇਰੇ ਕੋਲ ਗਾਣਾ ਮਿਊਟ ਹੋ ਗਿਆ
ਸੋ ਇਸ ਕਰਕੇ ਚਲੋ ਕੋਈ ਗੱਲ ਨਹੀਂ, ਅੱਜ ਆਪਾਂ ਰਿਐਕਸ਼ਨ ਕਰੀਏ ਜਾਂ ਫਿਰ ਗੇਮ, ਆਪਾਂ ਸੋਚਦੇ ਹਾਂ ਕਿ ਚੱਲ ਗੇਮ ਵਗੈਰਾ ਖੇਡਦੇ ਆਪਣੇ ਸਬਸਕ੍ਰਾਈਬਰ ਦੇ ਨਾਲ, 550 ਲੋਕ ਜਿਹੜੇ ਜਲਦੀ ਉਹਦੇ 400 ਲਾਈਕ ਹੋ ਗਏ, 350 ਗਏ, ਚਲ ਥੈਂਕ ਯੂ ਸੋ ਮਚ, ਹੁਣ 450 ਲਾਈਕ ਜਲਦੀ ਜਲਦੀ ਕਰ ਦਿਓ। ਅਤੇ ਅਰਵਿੰਦਰ ਸਿੰਘ ਕਹਿ ਰਹੇ ਨੇ ਮਨਪ੍ਰੀਤ ਕੌਰ ਨੂੰ, ਸ਼ਾਊਟ ਆਊਟ ਟੂ ਮਨਪ੍ਰੀਤ ਕੌਰ ਜੀ, ਐਂਡ ਅਰਪਿਤਾ ਸ਼ਰਮਾ ਸ਼ਰਮਾ ਸੋਰੀ ਅਰਪਿਤਾ ਸ਼ਰਮਾ ਵੈਲਕਮ ਟੂ ਮਨਚੰਦ ਫੈਮਿਲੀ, ਐਂਡ ਬੱਬੂ ਬੱਬੂ ਵੈਲਕਮ ਟੂ ਮਨਚੰਦ ਫੈਮਿਲੀ, ਤੇ ਬਹੁਤ ਬਹੁਤ ਵੈਲਕਮ ਤੁਹਾਡਾ ਸਾਡੀ ਟੀਮ ਦੇ ਵਿੱਚ। ਤੇ ਮਨਦੇਵ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਸਾਰੇ ਪਰਿਵਾਰ ਨੂੰ। ਜੈਸਮੀਨ ਕੌਰ ਵੈਲਕਮ 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 ਟੂ ਮਨਚੰਦ ਫੈਮਿਲੀ, ਮਨਚੰਦ ਫੈਮਿਲੀ, ਸੋ ਜਲਦੀ ਜਲਦੀ ਸਬਸਕ੍ਰਾਈਬ ਕਰੋ, ਆਪਾਂ ਤਾਂ ਡਿਸਪੈਸ਼ਨ ਨਾਮ ਬੋਲਣਾ ਹੈ ਇੱਥੇ, ਸਾਨੂੰ ਸ਼ੋਅ ਹੋ ਜਾਂਦਾ ਤੁਹਾਡਾ ਨਾਮ। ਲਾਡੀ ਟੋਕਣਾ ਪਵੇ ਗੱਲ ਕਰਦੇ ਆਪਣੇ ਹਰਜਿੰਦਰ ਸਿੰਘ, ਪਤਾ ਨੀ ਯਾਰ ਜਦੋਂ ਅਸੀਂ ਲਾਈਵ ਆਉਂਦੇ ਹਾਂ ਨਾ ਸਾਨੂੰ ਐਵੇਂ ਫੀਲ ਹੁੰਦਾ ਕਿ ਸਾਡੇ ਸਾਰੇ ਸਬਸਕ੍ਰਾਈਬਰ ਸਾਡੇ ਸਾਹਮਣੇ ਬੈਠੇ ਆ। ਸੁਪ੍ਰੀਤ ਕੌਰ ਜੀ ਕਹਿੰਦੇ ਮੇਰਾ ਨਾਮ ਨੀ ਲੈਂਦੇ, ਸੋ ਉਹਨਾਂ ਦਾ ਨਾਮ ਲੈ ਰਿਹਾ ਸੀ ਸੁਪ੍ਰੀਤ ਕੌਰ। ਓਕੇ, ਸੋ ਸਨੇਹਾ ਜੀ ਵੀ ਵੈਲਕਮ, ਵੈਲਕਮ ਹੋ ਗਿਆ ਏ ਪਿਛਲੀ ਵਾਰੀ ਬੋਲਿਆ ਠੀਕ ਹੈ, ਮੇਰੇ ਕੋਲ ਆਲਰੇਡੀ ਮੈਂ ਹੋਸਟ ਬਣ ਚੁੱਕਾ ਹਾਂ ਗੇਮ ਦਾ। ਨਹੀਂ ਨਹੀਂ ਤੂੰ ਉਹਨੂੰ ਛੱਡ ਦੇ। ਸੋ ਅੱਜ ਆਪਾਂ ਫੇਰ ਗੇਮ ਖੇਡਾਂਗੇ ਸਕ੍ਰਿਬਲ, ਜਿਹਦੇ ਵਿੱਚ ਆਪਾਂ ਸਾਨੂੰ ਲਫ਼ਜ਼ ਦਿੱਤਾ ਇੱਕ ਜਿਹੜਾ ਵਰਡ ਹੈ ਦਿੱਤਾ ਜਾਏਗਾ ਤੇ ਅਸੀਂ ਉਹਨੂੰ ਡਰਾ ਕਰਨ ਦੀ ਕੋਸ਼ਿਸ਼ ਕਰਨੀ ਹੈ, ਤੇ ਤੁਸੀਂ ਸਾਰਿਆਂ ਨੇ ਵੀ ਗੈਸ ਕਰਨਾ ਹੈ, ਤੇ ਅਸੀਂ ਇੱਕ ਦੂਜੇ ਦਾ ਗੈਸ ਕਰਨਾ, ਲਾਈਕ ਵਿੱਕੀ ਭਾਜੀ ਡਰਾ ਕਰਨਗੇ, ਅਸੀਂ ਦੋਨਾਂ ਨੇ ਗੈਸ ਕਰਨਾ ਹੈ। ਲਿੰਕ ਓਪਨ ਕਰ ਲਈ ਹੁਣ, ਤੇ ਜਿਹੜਾ ਤੁਸੀਂ ਮੈਨੂੰ ਭੇਜਿਆ ਸੀਗਾ ਨਵਾਂ ਲਿੰਕ ਹੈ ਕੋਈ? ਓਏ ਹੋਈ ਆ, ਹਾਂ ਦੁਬਾਰਾ ਭੇਜਿਆ ਦੁਬਾਰਾ। ਅੱਛਾ ਸਕਰੀਨ ਤੇ ਵੀ ਮੈਂ ਸ਼ੋਅ ਕਰ ਦੇਣਾ, ਬਟ ਰਿਕੁਐਸਟ ਹੈ ਕਿ ਜੁਆਇਨ ਉਹੀ ਕਰਿਓ ਜਿਹਨਾਂ ਨੂੰ ਗੇਮ ਬਾਰੇ ਪਤਾ ਆ, ਜਿਹਨਾਂ ਨੂੰ ਨਹੀਂ ਪਤਾ ਉਹਨਾਂ ਥੋੜਾ ਜਿਹਾ ਮੈਂ ਹਿੰਟ ਦੇ ਦਿੰਦਾ ਕਿ ਪਹਿਲਾਂ ਥੋੜਾ ਜਿਹਾ ਦੇਖ ਲਿਓ। ਹਾਂ, ਨੈਕਸਟ ਰਾਊਂਡ 'ਚ ਤੁਸੀਂ ਜੁਆਇਨ ਕਰਿਓ, ਪਹਿਲੇ ਸਿਰਫ ਉਹੀ ਜੁਆਇਨ ਕਰਿਓ ਜਿਹਨਾਂ ਨੂੰ ਇਸ ਗੇਮ ਬਾਰੇ ਪਤਾ ਆ, ਠੀਕ ਹੈ? ਮੈਂ ਹੁਣੇ ਤੁਹਾਨੂੰ ਕੋਡ ਸ਼ੋਅ ਕਰ ਦਿੰਦਾ। ਸ਼ਹਿਨਾਜ਼ ਵਿਰਕ ਜੀ ਵੈਲਕਮ ਟੂ ਆਰ ਫੈਮਿਲੀ, ਸੋ ਆ ਕੋਡ ਆ, ਕੋਡ ਆ ਰਿਹਾ ਹੈ ਕੀ ਲੈ ਰਹੇ ਹੋ? ਸੋਨੀਆ ਮਹਿਰਾ ਵੈਲਕਮ ਟੂ ਆਰ ਫੈਮਿਲੀ। ਸੋਨੀਆ ਮਹਿਰਾ ਨਾ ਉਹ ਬੜਾ ਯੂਜ਼ ਹੁੰਦਾ ਨਾ ਨਾ, ਜਿੱਦਾਂ ਉਹ ਨਹੀਂ ਫਿਲਮ ਦੇਖੀ ਆ ਯਾਰ, ਕਿਹੜੀ ਟਣੰਗ ਟਣੰਗ ਵਾਲੀ ਕਿਹੜੀ ਫਿਲਮ ਸੀ? ਟਣੰਗ 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 ਕਹੋ ਨਾ ਪਿਆਰ ਹੈ, ਇੱਕ ਪਲ ਉਹ ਰਿਤਿਕ ਰੋਸ਼ਨ, ਰਿਤਿਕ ਰੋਸ਼ਨ ਨਾ ਉਹਦੇ ਚ ਜਿਹੜੀ ਉਹ ਇੱਕ ਮਿੰਟ ਜਿਹੜੀ ਉਹ ਹੈਗੀ ਜਿਹਦਾ ਯਾਰ ਐਕਟਰੈਸ ਕੌਣ ਆ ਉਹਦੀ? ਮਨੀਸ਼ਾ ਪਟੇਲ। ਮਨੀਸ਼ਾ ਪਟੇਲ ਦਾ ਫਿਲਮ ਚ ਨਾਮ ਕੀ ਹੁੰਦਾ ਵਾ? ਸੋਨੀਆ ਮਹਿਰਾ। ਸੋਨੀਆ ਨਾ, ਸੋਨੀਆ ਦੀ ਸਹੇਲੀ ਹੁੰਦੀ ਉਹ ਕਿੱਦਾਂ ਸੋਨਿਆ 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 ਕਰਦੀ ਹੁੰਦੀ ਨਾ ਸੋਨਿਆ, ਉਹ ਮੈਨੂੰ ਉੱਥੋਂ ਚੇਤਾ ਆ ਗਿਆ। ਰਿਧੀ ਮਹਿਰਾ, ਅਰੇ ਵਾਹ ਸੋਨੀਆ ਮਹਿਰਾ, ਰਿਧੀ ਮਹਿਰਾ। ਯਾਰ ਸ਼ੁਰੂ ਵੀ ਹੋ ਗਈ ਹੈ ਗੇਮ, ਕਿੰਨੇ ਸ਼ੁਰੂ ਕਰਤੀ ਆ? ਆਈ ਡੋਨਟ ਨੋ, ਬੈਕ ਕਰ, ਇੱਥੇ ਨਹੀਂ ਹੈਗਾ, ਤੂੰ ਦੁਬਾਰਾ ਲਿੰਕ, ਪੁਰਾਣਾ ਲਿੰਕ ਹੀ ਕਰਤਾ ਤੂੰ ਲੱਗਦਾ। ਅੱਛਾ ਬੈਕ ਕਰੋ, ਮੈਂ ਗੇਮ ਦੇ ਵਿੱਚ ਆ ਚੁੱਕਾ ਆ।
हाँ विक्रम आ गया। सो जिहड़े ज्वाइन करना चाहुंदे जल्दी जल्दी अपने क्रोम ते या जिहड़े भी ब्राउजर यूज करदे पए तो उत्थे जाके कर सकदे हो। ओके XIG दानिशप्रीत कौर, वेलकम सो बड़ा XIG मेरे हिसाब नाल 11th जी ओ इना दी मैं भी कई बार क्लास होंगी ना जिदा 11th जी अच्छा उन्होंने 8th जी ओके ओके उस तरह नहीं कीता करदे दस्सो कमेंट सेक्शन च अगर तुसीं दीप परमार जी वेलकम टू आवर फैमिली सो ठा ठा करके बस 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 ज्यादा ठाठा नहीं करना भाई मैं हुड़ गईया तेरी हो सोनिया बस 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 कॉपीराइट 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 आ ना ਇਹਦੇ ਟੀ ਸੀਰੀਜ਼ ਆਏ ਨਾ ਟੈਗ ਨਾਲ ਹੀ ਹਾਂ ਟੀ ਸੀਰੀਜ਼ ਤੋਂ ਆ ਸੌਂਗ ਉਹ ਤਾਂ ਜ਼ਿਆਦਾ ਕਾਪੀਰਾਈਟ ਸਟ੍ਰਾਈਕ ਮਾਰ ਬਟ ਬਦਨਾਮ ਟੀ ਸੀਰੀਜ਼ ਐਸ ਕਲਬਸ ਵੀ ਯੂਜ਼ ਕਰ ਲਓ ਜੈਸਮੀਨ ਭਗਤ ਵੈਲਕਮ ਟੂ ਆਰ ਫੈਮਿਲੀ ਬਿਲਕੁਲ ਲੋ ਵੀ ਜਿਹੜਾ ਜਿਹੜਾ ਇਹ ਚੈਨਲ ਸਬਸਕ੍ਰਾਈਬ ਕਰੀ ਜਾ ਰਿਹਾ ਉਹ ਨਾਲ ਦੀ ਨਾਲ ਵਿਕਰਮ ਸੰਧੂ ਜੀ ਦਾ ਵੀ ਚੈਨਲ ਸਬਸਕ੍ਰਾਈਬ ਕਰ ਦਿਓ ਕਿਉਂਕਿ ਜੋ ਵੀ ਆਪਾਂ ਲਾਈਕ ਵੀ ਇਨ ਫਿਊਚਰ ਕਰਨ ਦੇ ਨਾ ਸਭ ਕੁਝ ਉਹਨਾਂ ਦਾ ਸਾਰਾ ਕ੍ਰੈਡਿਟ ਵਿਕਰਮ ਭਾਈ ਨੂੰ ਮੈਂ ਕਲੀਅਰਲੀ ਆਨਲਾਈਨ ਸੋਸ਼ਲ ਮੀਡੀਆ ਤੇ ਅਨਾਉਂਸ ਕਰ ਰਹੀ ਆ ਤੇ ਆਪਾਂ ਸਿਰਫ ਉਹਨੂੰ ਕੈਪਚਰ ਕਰ ਰਹੇ ਹਾਂ ਲੇਕਿਨ ਉਹਨਾਂ ਤੱਕ ਲੈ ਕੇ ਜਾਣ ਦਾ ਸਾਰਾ ਕ੍ਰੈਡਿਟ ਵਿਕਰਮ ਭਾਜੀ ਦਾ ਸੋ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਉਹਨਾਂ ਦੇ ਚੈਨਲ ਤੋਂ ਤੁਹਾਨੂੰ ਹੋਰ ਵੀ ਜ਼ਿਆਦਾ ਦੀਪਾਂਸ਼ੀ ਕਲੇਅਰ ਇਨਫੋਰਮੇਸ਼ਨ ਮਿਲੇਗੀ ਫੈਮਿਲੀ ਜੋਬ ਜੋਬਨ 236 ਵੈਲਕਮ ਟੂ ਆਰ ਮੈਂਚਨ ਫੈਮਿਲੀ ਐ ਮੈਂਚਨ ਮੈਂਚਨ ਫੈਮਿਲੀ ਸੋ ਜਿਨ੍ਹਾਂ ਜਿਨ੍ਹਾਂ ਨੇ ਜੁਆਇਨ ਕਰ ਲਿਆ ਤੇ ਸ਼ੁਰੂ ਕਰੀਏ ਫਿਰ ਫਿਲਹਾਲ ਤਾਂ ਜੁਆਇਨ ਹੋ ਗਿਆ ਯਾਰ ਲਾਈਕ ਕਰੋ ਜਲਦੀ ਕੀ ਕਰ ਰਹੇ ਕਿੰਨੇ ਲਾਈਕ ਹੋ ਗਏ ਹੈ ਜੋਤ ਦਿਓਲ ਵੈਲਕਮ ਟੂ ਮੰਚਨ ਫੈਮਿਲੀ ਜੋਤ ਦਿਓਲ ਜੀ ਵੈਲਕਮ ਹੈ ਠਾ ਠਾ ਕਰਕੇ 660 ਸਬਸਕ੍ਰਾਈਬਰ ਲਾਈਕ ਹੋਇਆ ਜਲਦੀ ਜਲਦੀ 700 ਸਬਸਕ੍ਰਾਈਬਰ ਤੇ ਜਿਨ੍ਹਾਂ ਨੇ ਗੇਮ ਜੁਆਇਨ ਕਰਨੀ ਹੈ ਜਲਦੀ ਜਲਦੀ ਗੇਮ ਜੁਆਇਨ ਕਰੋ ਤੇ ਸ਼ੁਰੂ ਕਰੀਏ ਫਿਰ ਸ਼ੁਰੂ ਕਰਦੇ ਆ ਤੇ ਜਸਟ ਤੁਸੀਂ ਕਰਨਾ ਇਹਨੂੰ ਕਾਪੀ ਪੇਸਟ ਕਰ ਲਓ ਲਿੰਕ ਨੂੰ ਆਪਣੇ ਕ੍ਰੋਮ ਵਿੱਚ ਅੰਸ਼ੂ ਵਲੌਗਸ ਮੇ ਬੀ ਇਹ ਵੀ ਕੋਈ ਵਲੌਗਸ ਬਣਾਉਂਦੇ ਨੇ ਅੰਸ਼ੂ ਵਲੌਗਸ ਵੈਲਕਮ ਟੂ ਮੰਚਨ ਫੈਮਿਲੀ ਤੇ ਉਮੀਦ ਕਰਦੇ ਤੁਸੀਂ ਵਧੀਆ ਵਲੌਗਸ ਬਣਾਉਂਦੇ ਹੋ ਚਾਹ ਪੀ ਲਓ ਫਰੈਂਡਸ ਗਰਮ ਹੈ ਆਲ ਦ ਲਾਈਕ ਅਸ ਉਦੋਂ ਲਾਈਕ ਅਸ ਦੋ ਵਾਰ ਇੱਕ ਵਾਰ ਯੂਜ਼ ਕਰਦੇ ਲਾਈਕ ਅਸ ਸਾਡਾ ਦਿਨ ਚੜ ਰਿਹਾ ਇਸ ਵਕਤ ਸਾਡਾ ਦਿਨ ਦੇਖੋ ਹਾਂ 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 ਮਮਾ ਜੀ ਚਾਹ ਦੇ ਵੱਟ ਕੱਢੇ ਪਏ ਆ ਮੁਜੀਆ ਖਾਣਾ ਮੁਜੀਆ ਤੁਸੀਂ ਨੇ ਪੀਣਾ ਮੈਂ ਵੀ ਲੱਗੀ ਹੂੰ ਤੁਮਨ ਜੀ ਕਹਿ ਰਹੇ ਨੇ ਕਿ ਮੇਰੇ ਚੈਨਲ ਦਾ ਨਾਮ ਕੀ ਮੇਰੇ ਚੈਨਲ ਦਾ ਨਾਮ ਹੈ ਵਿਕਰਮ ਸੰਧੂ ਅਨੀਤਾ ਦੇਵੀ ਜੀ ਜਲਦੀ ਜਲਦੀ ਵਿਕਰਮ ਸੰਧੂ ਚੈਨਲ ਵੀ ਸਬਸਕ੍ਰਾਈਬ ਕਰ ਲਓ ਅਨੀਤਾ ਦੇਵੀ ਜੀ ਨੇ ਵੀ ਚੈਨਲ ਸਬਸਕ੍ਰਾਈਬ ਕੀਤਾ ਅੱਛਾ ਆਪਾਂ 2 ਮਿੰਟ ਹੋਰ ਵੇਟ ਕਰਾਂਗੇ ਅਗਰ ਕੋਈ ਜੁਆਇਨ ਕਰਨਾ ਚਾਹੁੰਦਾ ਤਾਂ ਜਲਦੀ ਜਲਦੀ ਕਰ ਲਓ ਜਿਨ੍ਹਾਂ ਨੂੰ ਕੋਡ ਨਹੀਂ ਦਿਖ ਰਿਹਾ ਕੌਰ ਕਮਲਪ੍ਰੀਤ ਕੌਰ ਮਤਲਬ ਦੋ ਦੋ ਕੌਰ ਤੁਸੀਂ ਵੀ ਨਾ ਮੈਂ ਵੀ ਲੱਗੀ ਹੂੰ ਕਿੱਦਾਂ ਜੁਆਇਨ ਕਰਨਾ ਕਿੱਦਾਂ ਜੁਆਇਨ ਕਰਨਾ ਓਕੇ ਲਿੰਕ ਕਲੀਅਰ ਨਹੀਂ ਆ ਰਿਹਾ ਸ਼ਾਇਦ ਤੁਹਾਨੂੰ ਇੱਕ ਮਿੰਟ ਮੈਂ ਹੋਲਡ ਕਰਿਓ ਮੈਂ ਹੁਣੇ ਤੁਹਾਨੂੰ ਲਿੰਕ ਕਲੀਅਰ ਕਰ ਦੇਣਾ ਦੀਪ ਡਿਵਾਈਨ ਲਾਈਫ ਅਰੇ ਵਾਹ ਓ ਯਾਰ ਆਹ ਕੀ ਕਰੀ ਜਾਂਦਾ ਇਹ ਹਲੋ ਨੇਹਾ ਚੌਧਰੀ ਜੀ ਵੈਲਕਮ ਟੂ ਆਰ ਫੈਮਿਲੀ ਵੈਲਕਮ ਮੰਚ ਆ ਲਿੰਕ ਆ ਜਲਦੀ ਜਲਦੀ ਤੁਸੀਂ ਆ ਲਿੰਕ ਜਿਹੜਾ ਵਾ ਆਪਣੇ ਬ੍ਰਾਊਜ਼ਰ ਤੇ ਜਾਂ ਕਿਤੇ ਵੀ ਜਾ ਕੇ ਕਾਪੀ ਪੇਸਟ ਕਰ ਦੋ ਤੇ ਤੁਸੀਂ ਸਾਡੇ ਨਾਲ ਜੁਆਇਨ ਹੋ ਜਾਓਗੇ ਬਿਲਕੁਲ ਬਿਲਕੁਲ ਆ ਲਿੰਕ ਦੱਸਦਾ ਦੱਸਦਾ ਲਿੰਕ ਦੱਸਦਾ ਲਾ ਜਸ ਥੱਲੇ ਲਿੰਕ ਦਿੱਤਾ ਹੋਇਆ ਅੰਕਿਤ ਸਫਿਲਪੁਰ ਇਨਵਾਈਟ ਯੂਅਰ ਫਰੈਂਡ ਦੇ ਥੱਲੇ ਇੱਕ ਲਿੰਕ ਦਿੱਤਾ ਹੋਇਆ ਤੁਸੀਂ ਉਹਨੂੰ ਜਾ ਕੇ ਉੱਥੇ ਕਰੋ ਫਿਰ ਵੇਖਦੇ ਆ ਅੱਜ ਕਿਹਦੀ ਡਰਾਇੰਗ ਕਿੰਨੀ ਖਤਰਨਾਕ ਆ ਗਿਆ ਬਿਲਕੁਲ ਵਿਕਰਮ ਭਾਈ ਚਾਹ ਵੀ ਨਹੀਂ ਮੈਂ ਪੀ ਲੱਗੀ ਬਾਬੇ ਤੂੰ ਚਾਰ ਵਾਲੀ ਬੋਲਦੀ ਆ ਜੀ ਮੈਂ ਪੀ ਲੱਗੀ ਪੰਜ ਵਾਲੀ ਹੋ ਗਿਆ ਪੀ ਲੈ ਉਹ ਚੁੱਪ ਕਰ ਇਹਦਾ ਇੰਸਟਾਗ੍ਰam ਤੇ ਬੜਾ ਵਾਇਰਲ ਹੁੰਦਾ ਨਿੱਕੀਆਂ ਨਿੱਕੀਆਂ ਦੋ ਕੁੜੀਆਂ ਮੈਂ ਪੀ ਲੱਗੀ ਓਏ ਵਰਡ ਨਾ ਦੇਖੋ ਮੇਰੀ ਸੁਣੋ ਗੱਲ ਵਰਡ ਨਾ ਦੇਖੋ ਕੋਈ ਵੀ ਜਾਣਾ ਜਿਹੜੇ ਲਿਖੇ ਆ ਠੀਕ ਆ ਗੁਰਪ੍ਰੀਤ ਚੀਟਿੰਗ ਹੈ ਬਿੰਦਰਾ ਗੁਰਪ੍ਰੀਤ ਬਿੰਦਰਾ ਜੀ ਵੈਲਕਮ ਟੂ ਮੰਕਾ ਫੈਮੇ ਕੁੱਤੀ ਕਰਦਾ ਪਿਆ ਭੁੱਲਿਆ ਖਾਂ ਲਿੰਕ ਚੈਟ ਚ ਪਾਓ ਗੁੱਡ ਆਈਡੀਆ ਚੈਟ ਚ ਪਾ ਦਿੱਤਾ ਹਾਂ ਲਿੰਕ ਮੈਂ ਚੈਟ ਚ ਪਾ ਦੇਣਾ ਚਲੋ ਲਿੰਕ ਸਿਆਣੀਆ ਇੰਦਰਜੀਤ ਸਿੰਘ ਜੀ ਵੈਲਕਮ ਟੂ ਆਰ ਫੈਮਿਲੀ ਮੈਂ ਹੁਣੇ ਲਿੰਕ ਚੈਟ ਚ ਪਾ ਦੇਣਾ ਇੱਕ ਮਿੰਟ ਹੋਲਡ ਕਰਿਓ ਓਕੇ ਹਰਸ਼ ਜੀ ਨੇ ਕਿਸੇ ਨੇ ਜੁਆਇਨ ਕੀਤਾ ਹੈ ਪ੍ਰਭ ਨੂਰ ਜੀ ਮੁੱਛਾਂ ਵਾਲੇ ਜਿਨ੍ਹਾਂ ਨੇ ਸਾਨੂੰ ਜੁਆਇਨ ਕੀਤਾ ਹੈ ਔਰ ਹਰਸ਼ ਨੇ ਦੋ ਚੁੰਡੀਆਂ ਵਾਲੇ ਜਿਨ੍ਹਾਂ ਨੇ ਸਾਨੂੰ ਜੁਆਇਨ ਕੀਤਾ ਹੈ ਇੱਥੇ ਦੋ ਚੁੰਡੀਆਂ ਚੈਟ ਚ ਲਿੰਕ ਪਾਤਾ ਆ ਤੁਸੀਂ ਜੁਆਇਨ ਕਰ ਸਕਦੇ ਹੋ ਬਟ ਪਲੀਜ਼ ਉਹੀ ਜੁਆਇਨ ਕਰਿਓ ਓਕੇ ਜਸ਼ਨਦੀਪ ਗੁੱਸੇ ਵਾਲੇ ਜਿਨ੍ਹਾਂ ਨੇ ਸਾਨੂੰ ਜੁਆਇਨ ਕੀਤਾ ਹੈ ਉਸ ਤੋਂ ਬਾਅਦ ਹੁੱਲਾ ਹੂਪ ਮੈਚ ਬਹੁਤ ਜਣੇ ਹੋ ਗਏ ਬਸ ਕਰੋ ਫੇ ਤਾਂ ਭਾਰੀ ਜਣਾ ਭਾਰੀ ਨਹੀਂ ਹੁੰਦੀ ਮੇਰੀ ਭਾਰੀ ਨਹੀਂ ਹੁੰਦੀ ਹੁੰਦੀ ਪਲੇ ਕਰ ਦੋ ਯਾਰ ਮੇਰੀ ਫੇ ਭਾਰੀ ਨਹੀਂ ਹੁੰਦੀ ਹੁੰਦੀ ਸੋ ਪਲੀਜ਼ ਜਿਹੜਾ ਜੀ ਇੱਕ ਕੁਐਸਚਨ ਪੁੱਛ ਰਿਹਾ ਉਹ ਕਹਿ ਰਿਹਾ ਕਿ ਤੁਸੀਂ ਕਾਲੇ ਪਿੰਡ ਦੇ ਹੋ ਬਿਲਕੁਲ ਨਹੀਂ ਸ਼ੁਕਰ ਹੈ ਚਾਹ ਵੀ ਦਾ ਇੱਕੋ ਘੁੱਟ ਇਹ ਟੌਪ ਸੀਕ੍ਰੇਟ ਆ ਕੀ ਚੀਜ਼ ਹੈ
ਮੇਰਾ ਐਡਰੈਸ ਕਰਦਾ ਤੇਜ ਹੋ ਰਹੇ ਹੋ ਤੇਜ ਹੋ ਰਹੀ ਜਨਤਾ ਸਾਡੀ ਜਨਤਾ ਦੀ ਰੀਸ ਕੌਣ ਕਰਦਾ ਓਕੇ ਸੋ ਲੈਟਸ ਸਟਾਰਟ ਦ ਗੇਮ ਕਿੰਨੇ ਜਣੇ ਜੁਆਇਨ ਹੋ ਗਏ ਆ ਬਹੁਤ ਜ਼ਿਆਦਾ ਹੋ ਗਏ ਆ ਉਹਨਾਂ ਜ਼ਿਆਦਿਆਂ ਨੂੰ ਕਰਦੇ ਜੀ ਲੈਟਸ ਸਟਾਰਟ ਸੋ ਕਿਹਦੀ ਸਟਾਰਟ ਕਰਨਾ ਸਭ ਤੋਂ ਪਹਿਲਾਂ ਇੱਕੋ ਲਾਈਨ ਜੀ ਮਾਰੀ ਅੱਗੇ ਵੀ ਬਣਾਓ ਵੀਰੇ ਜੋ ਵੀ ਕੋਈ ਵੀ ਬਣਾ ਰਹੇ ਨੇ ਮੈਂ ਕਹਿੰਦਾ ਜਸਟ ਉਹੀ ਜੁਆਇਨ ਕਰੋ ਸ਼ਿਵੀ ਪੀ ਵੈਲਕਮ ਟੂ ਮਾਂਜਨ ਫੈਮਿਲੀ ਵੈਲਕਮ ਜੀ ਵੈਲਕਮ ਟੂ ਆਰ ਫੈਮਿਲੀ ਵੈਲਕਮ 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 ਹੋ ਗਿਆ ਜੀ ਜੀ ਜਿਹਨੇ ਵੀ ਡਰਾ ਕੀਤਾ ਹੈ ਉਹ ਜਲਦੀ ਜਲਦੀ ਸਾਰਾ ਕੰਪਲੀਟ ਡਰਾ ਕਰੋ ਟਾਈਮ ਨਿਕਲ ਰਿਹਾ ਇਸ ਦਾ ਕੌਣ ਕਰ ਰਹੇ ਨੇ ਡਰਾ ਕੌਣ ਕਰ ਰਿਹਾ ਇਹ ਕੀ ਹੈ ਐਰੋ ਡਰਾ ਕਰੋ ਫਲੈਗ ਨਹੀਂ ਟੀ ਤੋਂ ਸਟਾਰਟ ਤਿਰੰਗਾ ਤਿਰੰਗ ਨਹੀਂ ਤਿਰੰਗਾ ਟਾਈਟ ਨਹੀਂ ਟਾਈਟੈਨਿਕ ਕਿਥੋਂ ਆ ਗਈ ਹੈ ਡੁੱਬੀ ਟਾਈਟੈਨਿਕ ਡਰਾ ਤੇ ਕਰੋ ਜਰਾ ਨਾ ਕਰਿਆ ਕਰੋ ਮੈਂ ਤੇ ਟਾਈਟੈਨਿਕ ਹੀ ਗੈਸ ਕਰਦਾ ਹੈ ਗਲਤ ਵੀ ਹੋ ਗਿਆ ਵੇਲੋ ਟੈਡੀ ਬੀਅਰ ਆ ਕਿੰਨਾ ਦਾ ਟੈਡੀ ਬੀਅਰ ਪਹਾੜੀ ਦਾ ਗਲਤ ਹੀ ਆ ਪੈਂਥਰ ਇਜ਼ ਚੂਜ਼ਿੰਗ ਪੈਂਥਰ ਜੀ ਪਲੀਜ਼ ਸਹੀ ਵਰਡ ਚੂਜ਼ ਕਰਕੇ ਉਹਨੂੰ ਸਹੀ ਤਰੀਕੇ ਨਾਲ ਡਰਾ ਕਰਿਓ ਪੈਂਥਰ ਸਭ ਹੁੰਦਾ ਤੁਹਾਨੂੰ ਪਤਾ ਪੈਂਥਰ ਨਹੀਂ ਤਾਂ ਆ ਕਿੰਨੇ ਡਰਾ ਕੀਤਾ ਸੀ ਪਿਛਲਾ ਇਹ ਵਿਲੋ ਵਿਲੋ ਸੀ ਸਮਥਿੰਗ ਉਹ ਵਿਲੋ ਕਿੱਥੇ ਵਿਲੋ ਕਿੱਥੇ ਆ ਸੋ ਪੈਂਥਰ ਜੀ ਸਟਾਰਟ ਕਰੋ ਡਰਾ ਕਰਨਾ ਹਾਂ ਜਲਦੀ ਕਰੋ ਚਲ ਪੀਨੋ ਓਕੇ ਓਕੇ ਮੈਨੂੰ ਇੰਟੈਲੀਜੈਂਟ ਲੱਗਣ ਦੇ ਪੈਂਥਰ ਜੀ ਉਹ ਵਾਓ ਵੀ ਵਾਈਟ ਕਲਰ ਲੈ ਲਿਆ ਮੈਨੂੰ ਲੱਗਦਾ ਉਹਨਾਂ ਨੇ ਯਾਰ ਐ ਨਾ ਕਰਿਆ ਕਰੋ ਫਿਰ ਇਦਾਂ ਨਾ ਮਜ਼ਾ ਨਹੀਂ ਆਉਂਦਾ ਗੇਮ ਦਾ ਹਾਊ ਟੂ ਜੁਆਇਨ ਜੈਸਮੀਨ ਜੈਸਮੀਨ ਕੌਰ ਜੀ ਨੈਕਸਟ ਗੇਮ ਹੁਣੇ 5 ਮਿੰਟ ਤੱਕ ਆਪਾਂ ਲਾਵਾਂਗੇ ਹਾਂ ਠੀਕ ਹੈ ਤੇ ਉਹਦੇ ਚ ਆਪਾਂ ਜੁਆਇਨ ਕਰਾਂਗੇ ਯਾਰ ਕਲਿੱਕ ਕਿੱਕ ਕਰ ਦੋ ਵੋਟ ਕਿੱਕ ਕਰਦਿਆ ਕਰੋ ਜਿਹੜਾ ਨਹੀਂ ਡਰਾ ਕਰਦਾ ਉਹਨੂੰ ਵੋਟ ਕਿੱਕ ਕਰ ਦੋ ਸੌਰੀ ਵੋਟ ਕਿੱਕ ਕਰ ਚਲੋ ਸਾਰੇ ਜਿਹੜੇ ਫਿਰ ਵੋਟ ਕਿੱਕ ਕਰੋ ਇਹਨਾਂ ਨੂੰ ਕੀ ਨਾਮ ਸੀ ਪੈਂਥਰ ਹੋ ਗਿਆ ਜਸ਼ਨ ਹਾਂ ਵਿਕੀ ਵੋਟ ਕਿੱਕ ਕਰਦੇ ਯਾਰ ਸੋ ਜਿਹਨਾਂ ਨੂੰ ਗੇਮ ਦਾ ਨਹੀਂ ਪਤਾ ਉਹ ਪਲੀਜ਼ ਜੁਆਇਨ ਨਾ ਕਰੋ ਇਦਾਂ ਸਾਰਿਆਂ ਦਾ ਵੇਖਣ ਵਾਲਿਆਂ ਦਾ ਵੀ ਮਜ਼ਾ ਖਰਾਬ ਹੋਏਗਾ ਚਲੋ ਤੂੰ ਵੋਟ ਕਿੱਕ ਕਰਦੇ ਕਰਤੇ ਦਿੱਤੀ ਤੇਰਾ ਹੋ ਨਹੀਂ ਰਿਹਾ ਉਹ ਐਕਚੁਅਲੀ ਨਾ ਨਹੀਂ ਹੋ ਰਿਹਾ ਇੱਧਰ ਨੂੰ ਨਹੀਂ ਜਾਂਦਾ ਮੇਰੇ ਬੜਾ ਪੰਗਾ ਪੰਗਾ ਚਲੋ ਛੱਡ ਦੋ ਸੋ ਥੱਲੇ ਵੋਟ ਕਿੱਕ ਲਿਖਿਆ ਹੋਇਆ ਸਾਰੇ ਨਾਮ ਦੇ ਥੱਲੇ ਵੋਟ ਕਿੱਕ ਲਿਖਿਆ ਆ ਇੱਥੇ ਲਿਖਿਆ ਆ ਆ ਦੇਖੋ ਤੁਸੀਂ ਵੋਟ ਕਿੱਕ ਕਰ ਸਕਦੇ ਹੋ ਹਰਸ਼ਿਸ ਵੋਟਿੰਗ ਟੂ ਕਿੱਕ ਪੈਂਥਰ ਸਿਰਫ ਉਹੀ ਜੁਆਇਨ ਕਰੋ ਜਿਨ੍ਹਾਂ ਨੂੰ ਗੇਮ ਖੇਲਣੀ ਆਉਂਦੀ ਹੈ ਹਾਂ ਸੋ 550 ਲੋਕ ਜੁੜੇ ਹੋਏ ਨੇ ਅਮਨ ਕੌਰ ਜੀ ਟੈਨਸ਼ਨ ਨਾ ਲਓ ਤੁਸੀਂ ਗੇਮ 'ਚ ਆ ਜਾਓ ਮਜ਼ਾ ਆਊਗਾ ਤੁਹਾਨੂੰ ਲਾਈਵ ਦਾ ਦੁਬਾਰਾ ਲਾਵਾਂਗੇ ਤੁਸੀਂ ਬੰਦੇ ਦੇ ਹੱਥ ਚ ਕੁਛ ਫੜਿਆ ਹੋਇਆ ਵਾ ਗੈਸ ਕਰ ਲਿਆ ਇਹ ਕੀ ਹੈ ਮਲਿਕਾ ਤੂਰੇ ਸੌਰੀ ਅਗਰ ਤੁਹਾਡਾ ਨਾਮ ਚੱਲ ਰਿਹਾ ਮਲਿਕਾ ਜੀ ਵੈਲਕਮ ਟੂ ਮੰਚਨ ਫੈਮਿਲੀ ਔਰ ਹੁਲਾ ਹੂਪ ਜੀ ਅਰੇ ਵਾਹ ਨਾਮ ਹੁਲਾ ਹੂਪ ਜੀ ਇਸ ਚੂਸਿੰਗ ਅ ਵਰਡ ਟੁੱਲੂ ਪੰਪ ਲਾਈਟ ਸੇਵਰ ਜੀ ਗੈਸ ਟੁੱਲੂ ਪੰਪ ਲਾ ਲਾਈ ਮੋਰ ਲਾਈ ਚੈਟ ਕਿੱਥੇ ਆ ਰਹੀ ਆ ਹੈ ਉਹ ਮੈਨੂੰ ਕਿੱਕ ਕਰਦਾ ਕਿਸੇ ਨੇ ਕੀ ਮੈਨੂੰ ਕਿੱਕ ਕਰਦਾ ਗਗਨਦੀਪ ਗਗਨ ਦੁਬਾਰਾ ਜੁਆਇਨ ਕਰ ਲੈ ਲਿੰਕ ਤੇ ਕਲਿੱਕ ਕਰਕੇ ਓਕੇ ਲੈਟ ਮੀ ਜੁਆਇਨ ਕਰੋ ਕਰੋ ਡਰਾ ਕਰੋ ਸੌਰੀ ਵਾਹ ਬੇਟੇ ਗੁਰਪ੍ਰੀਤ ਭੁੱਲਰ ਜੀ ਵੈਲਕਮ ਟੂ ਅਸ ਵੈਲਕਮ ਟੂ ਆਰ ਫੈਮਿਲੀ
ਯਾਰ ਦੇਖੋ ਹੁਣ ਲੋਕ ਜੀ ਡਰਾ ਕਰੋ ਨਹੀਂ ਤੇ ਵੋਟ ਕੇ ਕਿਤੇ ਜਾਓਗੇ ਕੁਛ ਤੇ ਬਣਾਓ ਯਾਰ ਕੁਛ ਤੇ ਬਣਾਓ ਪਰ 2 ਮਿੰਟ ਤੱਕ ਆਪਾਂ ਨਵੀਂ ਗੇਮ ਸ਼ੁਰੂ ਕਰਨ ਲੱਗੇ ਆ ਤੇ ਉਹਦੇ ਚ ਜੁਆਇਨ ਕਰਿਓ ਵੋਟ ਕੇ ਕਰ ਦੋ ਰਾਜਕੌਰ ਵੈਲਕਮ ਟੂ ਆਰ ਫੈਮਿਲੀ ਜਿਹੜਾ ਵੀ ਨਹੀਂ ਡਰਾ ਕਰਦਾ ਨਾ ਉਹਨੂੰ ਨਾਲ ਦੀ ਨਾਲ ਵੋਟ ਕੇ ਕਰੀ ਜਾਇਆ ਕਰੋ ਯਾਰ ਮੇਰਾ ਤਾਂ ਨਿਕਲਦਾ ਹੀ ਨਹੀਂ ਹੈਗਾ ਵੋਟ ਕੀ ਤੂੰ ਕਿੱਥੋਂ ਕਰਾਂ ਕਿ ਵੋਟ ਕੇ ਕਰਦੇ ਆ ਨਹੀਂ ਡਰਾ ਕੀਤਾ ਕਿ ਤਾਂ ਕੀ ਕਰੋ ਓਕੇ ਕੇ ਆਪ ਕੰਟੈਕਟ ਗੇਮ ਕਿ ਤਾਂ ਉਹ ਛੁਰੀ ਚਲੀ ਲੱਗਦੀ ਹੈ ਐਂਗਲ स्पून चाकू चाकू नहीं है सी तो शुरू होता है एंड च एल आदे चप्पल दोबारा ज्वाइन कर लो क्योंकि मैं भी निकल गया मेरे को एंटर नहीं हो रहा दोबारा जनता ज्यादा होगी ना हां करो यार मैं मेनु भी एक्चुअली मेनु दोबारा कर दो स्टार्ट कर दोबारा कर दो लड्डी ਜਾਈ ਜਾ ਰਹੇ ਨਾ ਤੂੰ ਟ੍ਰਾਈ ਕਰਕੇ ਦੇਖ ਹਾਂ ਮੇਰੇ ਕੋ ਐਂਟਰ ਹੀ ਨਹੀਂ ਹੋਇਆ ਜਾ ਰਿਹਾ ਹੋ ਨਹੀਂ ਰਿਹਾ ਮੇਰਾ ਵੀ ਨਹੀਂ ਹੋ ਰਿਹਾ ਨਹੀਂ ਹੋ ਪਾ ਰਿਹਾ ਯਾਰ ਤੁਸੀਂ ਚੰਗੇ ਬੰਦੇ ਆ ਵੀ ਲਾਈਕ ਵੀ ਘਰ ਦੇ ਬੰਦਿਆਂ ਨੂੰ ਕਿੱਕ ਕਰੀ ਜਾਣ ਦੇ ਤੁਸੀਂ ਹੱਦ ਹੈ ਯਾਰ ਮੈਨੂੰ ਕਿੱਕ ਕਰਦਾ ਕਿਵੇਂ ਲਿੰਕ ਚੈਟ ਚ ਦੁਬਾਰਾ ਪਾਨੇ ਇੱਕ ਵਾਰੀ ਹੁਣ ਦੁਬਾਰਾ ਸ਼ੁਰੂ ਕਰਨੀ ਪੈਣੀ ਹੈ ਹਾਂ ਕਿਉਂਕਿ ਹੁਣ ਆਡੀਅנס ਜ਼ਿਆਦੀ ਆ ਗਈ ਆ ਤੇ ਘਰ ਦੇ ਬੰਦਿਆਂ ਨੂੰ ਘਰੋਂ ਕੱਢੀ ਜਾਣ ਦੇ ਆ ਸੋਰੀ ਪਾਪਕੋਰਨ ਲੱਗਣ ਡਿਆ ਯਾਰ चलो दोबारा लिंक सेंड कर कर दो मेनू लिंक सेंड हां मैं दोबारा लिंक सेंड करदा एक मिनट होल्ड करो जी मेल एक मिनट ਸਿੱਧਕ ਪਟਿਆ ਜੀ ਵੈਲਕਮ ਟੂ ਆਰ ਫੈਮਿਲੀ ਤੇ ਨੈਕਸਟ ਮੰਥ ਆਪਾਂ ਜਾ ਰਹੇ ਹਾਂ ਦਿੱਲੀ ਪੋਪੀ ਤਿਕਸ਼ਾ 33 ਵੈਲਕਮ ਟੂ ਮਨਸਨ ਫੈਮਿਲੀ ਚੈਟ ਚ ਪਾਓ ਲਿੰਕ ਪਾ ਰਹੇ ਹਾਂ ਬਸ 1 ਸੈਕਿੰਡ ਲਿੰਕ ਇਜ਼ ਨਾਟ ਕਲੀਅਰ ਕੋਈ ਗੱਲ ਨਹੀਂ ਮੈਂ ਚੈਟ ਚ ਪਾ ਦੂੰਗਾ ਬਟ ਪਲੀਜ਼ ਜੁਆਇਨ ਉਹੀ ਕਰਿਓ ਜਿਨ੍ਹਾਂ ਨੂੰ ਖੇਲੀ ਪਾਉਂਦੀ ਆ ਹਾਂ ਜਿਨ੍ਹਾਂ ਨੂੰ ਗੇਮ ਬਾਰੇ ਪਤਾ ਆ ਥੋੜਾ ਬਹੁਤਾ ਜਾਂ ਇਦਾਂ ਫਿਰ ਪਤਾ ਕੀ ਸਾਰਿਆਂ ਦਾ ਦੇਖਣ ਵਾਲੇ ਦਾ ਵੀ ਟਾਈਮ बिलकुल सही चैनल सब्सक्राइब किया तुम हाँ मेल आई आ गई है ना तेनू क्यों नहीं आ रही ਸ਼ੋਭਾ ਰਾਣਾ ਜੀ ਕਹਿ ਰਹੇ ਨੇ ਮੇਰਾ ਨਾਮ ਵੀ ਲੈ ਦੋ ਜੋ ਸ਼ੋਭਾ ਰਾਣਾ ਜੀ ਤੁਹਾਡਾ ਨਾਮ ਸ਼ੋਭਾ ਰਾਣਾ ਜੀ ਸ਼ਾਊਟ ਆਊਟ ਟੂ ਯੂ ਔਰ ਹਰਪ੍ਰੀਤ ਕੌਰ ਜੀ ਵੈਲਕਮ ਟੂ ਆਰ ਫੈਮਿਲੀ ਵੈਲਕਮ ਹੋ ਗਿਆ ਜੀ ਕੋਈ ਨਾ ਕਰ ਬਾਰ ਬਾਰ ਬੜੇ ਅੱਛਾ ਨਹੀਂ ਲੱਗਦਾ ਯਾਰ ਮੈਨੂੰ ਹੋ ਗਏ ਜੁਆਇਨ ਕਿ ਨਹੀਂ ਯਾਰ ਮੈਨੂੰ ਅੱਛਾ ਲੱਗਦਾ ਹੈ ਡਾਇਲੌਗ ਆ ਬਸ ਐਡ ਚੱਲਦੀ ਹੈ ਬਸ ਸੋਚਦੇ ਥੋੜੇ ਦੇਰ ਤੱਕ ਤੁਹਾਡੀ ਐਡ ਚੱਲਦੀ ਹੈ ਮੈਂ ਜਸਟ 2 ਮਿੰਟ ਵਾਸਤੇ ਚੈਟ ਚ ਪਾਉਂਗਾ ਲਿੰਕ 2 ਤਾਂ ਬਹੁਤ ਜ਼ਿਆਦਾ ਹੋ ਜਾਂਦਾ ਹੈ 1 ਮਿੰਟ ਵਾਸਤੇ ਲਿੰਕ ਚ ਪਾਉਂਗਾ ਇਹ ਵੀ ਹੋ ਜਾਂਦਾ ਹੈ 10 ਕੁ ਸੈਕਿੰਡ ਬਹੁਤ ਹੈ ਪਤਾ ਕਿੰਨੇ ਪਿਛਲੀ ਵਾਰੀ 10 ਸੈਕਿੰਡ ਚ ਕਿੰਨੇ ਜਣੇ ਜੁੜ ਗਏ ਸੀਗੇ ਸੋ
मतलब साडा एक दो दिन होर अमृतसर लग सकदा है। सो इसलिए आपां तुहानूं दस्सण जा रहे हैं कि एक्सप्लोर दी सिटी एक्सप्लोर दा जिहड़ा पहला एपीसोड है वह कल रिलीज़ हो रहा है। सो इसलिए आपां अज्ज व्लॉग भी नहीं पा पाए क्योंकि असी एडिटिंग दा टाइम नहीं सी, असी अर्ली मॉर्निंग उधर निकल गए सी। सो कल व्लॉग जरूर देखियो। पवन रुपिंदर जी तुसीं नवें जुड़े हो, कल वाला व्लॉग जरूर देखियो। चैट च देखी लिंक पाता स्क्रिबल दा अपने ने किक कर दिंदे फिर बाद चो विकम भाई नूं भी किक करदा सी। मेरी गल सुनो प्लीज, ओही आओ जिन्हां नूं गेम बारे पता आ। ਮੈਨੂੰ ਇੱਕ ਮਿੰਟ ਦਿਓ ਤੇ ਫਿਰ ਮੈਂ ਵਰਡ ਐਡ ਕਰਦਾ ਆ। ਜਸਲੀਨ ਕੌਰ ਵੈਲਕਮ ਟੂ ਮਨਚਨ ਫੈਮਿਲੀ। ਤੇ ਜਿਹੜੇ ਜਿਹੜੇ ਸਾਡਾ ਚੈਨਲ ਸਬਸਕ੍ਰਾਈਬ ਕਰੀ ਜਾ ਰਹੇ ਆ ਉਹ ਨਾਲ ਦੀ ਨਾਲ ਜਾ ਕੇ ਵਿਕਰਮ ਭਾਜੀ ਦਾ ਵੀ ਚੈਨਲ ਸਬਸਕ੍ਰਾਈਬ ਕਰ ਦਿਓ ਕਿਉਂਕਿ ਬੜੀ ਇੰਟਰਸਟਿੰਗ ਵੀਡੀਓ ਆਉਣ ਵਾਲੀ ਆ ਭਾਜੀ ਦੇ ਚੈਨਲ ਤੇ ਇੱਕ ਦੋ ਦਿਨਾਂ ਦੇ ਵਿੱਚ। ਅੱਛਾ ਓਕੇ ਸ਼ੁਰੂ ਕਰੀਏ। ਹਾਂ ਸ਼ੁਰੂ ਕਰ ਦਿਓ। ਉਹ ਕ੍ਰਿਸਟਲ ਵੀ ਆਈ, ਕ੍ਰਿਸਟਲ ਸ਼ੋਭਾ ਰਣਾ ਸਾਹਿਬ ਨੇ ਦੱਸਣਾ ਚਾਹਾਂਗਾ ਕਿ ਸਾਡੀ ਦਿੱਲੀ ਦੇ ਸੀਰੀਜ਼ ਦੀ ਸਟਾਰਟਿੰਗ ਬਠਿੰਡੇ ਤੋਂ ਹੀ ਹੋਏਗੀ। ਹਾਂ ਸੋ ਵੇਟ ਕਰੋ। ਬਿਲਕੁਲ ਸੋ ਬਠਿੰਡੇ ਦੇ ਆਈ ਰਹੇ ਵੀ ਬਠਿੰਡੇ ਵੀ ਆਓ। ਸੋ ਜ਼ਿਗਜ਼ੈਗ ਇਜ਼ ਚੂਜ਼ਿੰਗ ਅ ਵਰਡ, ਜੋ ਜਲਦੀ ਜਲਦੀ ਚੂਜ਼ ਕਰੋ ਤੇ ਫਿਰ ਡਰਾ ਕਰੋ ਜਲਦੀ ਜਲਦੀ। ਅਰੇ ਵਾਹ, ਜਿਹੜਾ ਡਰਾ ਨਹੀਂ ਕਰੇਗਾ ਉਹਨੂੰ ਜਲਦੀ ਜਲਦੀ ਵੋਟ ਕਿੱਕ ਕਰ ਦਿਆ ਜਾਏ। ਠੀਕ ਹੈ ਚਲੋ ਸਟਾਰਟ ਕੀਤਾ ਹੋਇਆ ਵਾ ਮੇਰਾ। ਨਹੀਂ ਨਹੀਂ ਜ਼ਿਗਜ਼ੈਗ ਨੇ ਕੋਈ ਜ਼ਿਗਜ਼ੈਗ ਜੀ करो यार ड्रॉ, आप नाल जोड़ने एंजॉय करिया करो आके जी इतने आके इदा करना ना फिर फायदा नहीं कोई, सारे जने जल्दी जल्दी वोट किक कर दो अगर ड्रॉ नहीं करेंगे। ਇੰਨਾ ਮਜ਼ਾ ਨਹੀਂ ਆਉਂਦਾ ਫਿਰ। ਆਪਾਂ ਦੇਖੋ ਆਪਾਂ ਤੁਹਾਨੂੰ ਮੌਕਾ ਦਿੰਦੇ ਹਾਂ ਕਿ ਆ ਜਾਓ ਆਪਾਂ ਇਕੱਠੇ ਖੇਡੀਏ ਹੈ ਨਾ, ਉਹ ਫਿਰ ਤੁਸੀਂ ਟਾਈਮ ਵੇਸਟ ਕਰਦੇ ਆ ਫਿਰ ਬੰਦਾ ਕੋਈ ਗੱਲਬਾਤ ਵੀ ਨਹੀਂ ਕਰ ਪਾਉਂਦਾ। ਇੱਦਾਂ ਵੀ ਮੈਨੂੰ ਚਿੜ ਬਹੁਤ ਪੈਂਦੀ ਸ਼ੁਕਰ ਹੈ ਉਹਨੇ ਮੇਰੀਆਂ ਗੱਲਾਂ ਸਟਾਰਟ ਕਰਤਾ ਨਾ ਜੀ ਫੇਰ ਟਾਤਾ ਉਹਨਾਂ ਨੇ। ਡਾਕਟਰ ਜੀ ਥੈਂਕ ਯੂ ਸੋ ਮਚ। ਵਾਓ 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 ਜਸਟ ਸਿੰਘ ਵੈਲਕਮ ਟੂ ਮੈਂ ਮਨਚਨ ਫੈਮਿਲੀ। ਯਾਰ ਮੈਂ ਮੈਂਚਨ ਕਿਉਂ ਬੋਲਨੇ ਆ ਅੱਜ ਯਾਰ। ਵਾਓ ਯਾਰ ਸੋ ਵੋਟ ਕਿੱਕ ਕਰ ਦੋ ਜਿਹੜੇ ਨਹੀਂ ਕਰ ਰਹੇ ਜਲਦੀ ਜਲਦੀ ਉਹਨਾਂ ਨੂੰ ਵੋਟ ਕਿੱਕ ਕਰ ਦੋ। जल्दी जल्दी ड्रॉ करो बिकॉज आप बाकी भी ना। अरे वाह मेरिया गल्ला असर करन दियां। यस यस चल चलो चलो तीन दो पांच छे को गलत हो गया उन्होंने काट रब करने दी ऑप्शन नहीं गया साइड पे पार्टी बकेट बकेट ऊंची ऊंची बोल दे स्कीमें बता दो सबको ऊंची ऊंची बोल के चिल्ला के स्कीम बता दे सबको। बाल्टी प्रभ नूर जी बाल्टी है बट बाल्टी नु इंग्लिश की कहंदे आ। यार मैं बकेट लिखन दा डई पर मेरा सही नहीं हो रहा है ना। चलो चलो कोशिश करने वाले की कभी हार नहीं होती। चल रहने दे। ਬਕਟ ਬਕਟ ਦੇਖ ਮੈਂ ਕਿੰਨੀ ਵਾਰੀ ਬਕਟ ਭਰਿਆ ਲਾਡੀ ਮੈਂ ਨਹੀਂ ਫੜਨੀ ਯਾਰ ਇਹ ਗੇਮ ਮੈਨੂੰ ਇਦਾਂ ਹੀ ਹੁੰਦਾ ਚਾਪਿਆ। ਉਹ ਵੈਸੇ ਸਹੀ ਗੱਲ ਸੀ ਓਏ ਸਪੈਲਿੰਗ ਤਾਂ ਸਹੀ ਸੀ। ਆਹੋ ਸਹੀ ਹੀ ਗਏ ਪਤਾ ਨਹੀਂ ਕਾਤੋਂ ਨਹੀਂ ਆਇਆ ਕਲਰ ਵੀ ਸਹੀ ਆ ਜਾਂ ਹੋ ਗਿਆ ਹੋਣਾ ਬਾਰ ਬਾਰ ਕਲਿੱਕ ਕਰਤਾ ਹੋਣਾ ਨਾ। ਓਕੇ ਵੈਰੀ ਗੁੱਡ ਯਾਰ ਬਹੁਤ ਵਧੀਆ। ਹੋ ਤਾਂ ਗਿਆ ਹੀ ਤੇਰਾ ਚਾਨਕੌਰ ਗੈਸਟ ਫਿਰ ਤੂੰ ਦੁਬਾਰਾ ਲਿਖੀ ਜਾ ਰਹੀ ਬਾਰ ਬਾਰ। ਅੱਛਾ ਅੱਛਾ ਹਰਸ਼ ਐਸ਼ ਸੰਧੂ ਹੈ ਜੀ ਵੈਲਕਮ ਹੋ ਗਿਆ ਹੈ। 1 2 3 4 5 6 6 ਦਾ ਵਾ 6 ਦਾ ਕੀ ਹੋ ਸਕਦਾ ਕੀ ਹੋ ਸਕਦਾ ਵਾ। ਅਰਸ਼ ਹੋਰ ਕਲੀਅਰ ਕਰੋ ਥੋੜਾ ਜਿਹਾ ਹੋਰ ਕਲੀਅਰ ਕਰੋ। ਰੋਜ਼ੀ ਕਲਰ
ਆ ਕੀ ਆ ਪਾਣੀ ਕਲਰ ਕਰਨ ਦੇ ਕਲਰ ਉਹਨੂੰ ਆਈਸਕ੍ਰੀਮ ਨਹੀਂ ਕਰ ਆਈਸਕ੍ਰੀਮ ਗੈਸ ਤਾਂ ਮਾਰ ਇਸੀ ਮਸ਼ੀਨ ਕਰਤਾ ਉਹਨਾਂ ਨੇ ਇਸੀ ਜੀ ਮਸ਼ੀਨ ਚਾਹਤ ਵੈਲਕਮ ਟੂ ਮਾਚਲ ਚਲੋ ਚਲੋ ਡਰਾ ਕਰੋ ਜੰਦੀ ਇਹ ਵੀ ਬਕਟ ਆ ਨਹੀਂ ਨਹੀਂ ਬੀ ਯੂ ਸੀ ਕੋਈ ਕੋਈ ਵੀ ਓਏ ਸੇਮ ਵਰਡ ਨਾ ਚੂਜ਼ ਕਰਿਓ just karan ye same word na choose karo please nale aa kitta di bucket laser zyada lagan di si oh wow bade speed wale bande aaye koi ye sahi hai ek hi hai ek to tin te shake sat thoda ja clear karo innu sat hai ki banana cha rahe ho e noodles maggi ਟੈਲੀਵਿਜ਼ਨ ਜਾਪ ਜਾਪ ਜੀ ਕਹਿ ਰਹੇ ਨੇ ਟੈਲੀਵਿਜ਼ਨ ਇਹ ਕਿਦਾਂ ਦਾ ਟੈਲੀਵਿਜ਼ਨ ਵਿੱਚ ਬਿੱਲੀ ਨੇ ਨੌ ਮਾਰੇ ਆਪਣੇ ਕੁਝ ਕਲੀਅਰ ਜਿਹਾ ਬਣਾਓ ਥੋੜਾ ਜਿਹਾ ਆਈਡੀਆ ਤੇ ਦੱਸੋ ਯਾਰ ਸਰਵਰ ਕਹਿ ਰਹੀ ਆ ਟੋਸਟਰ ਗਾਰਲਿਕ ਬ੍ਰੈਡ ਟੋਸਟ ਟੋਸਟਰ ਨਹੀਂ ਟੋਸਟਰ ਨਹੀਂ ਇਹਦੇ ਵਿੱਚ ਕੇ ਹੈਗਾ ਚੈਟ ਇਹਦੇ ਵਿੱਚ ਕੇ ਆ ਕੇ ਤੇ ਆ ਕੀ ਬਣਾਤਾ ਉਹਨਾਂ ਨੇ ਹੁਣ ਚਿਕਨ ਨਹੀਂ ਚਿਕਨ ਨਹੀਂ ਰਬ ਨੂਰ ਚਿਕਨ ਨਹੀਂ ਆ ਇਹ ਚਿਕਨ ਕਿਹੋ ਜਿਹਾ ਜਿਹਦੀ ਮੋਟੀਆਂ ਮੋਟੀਆਂ ਲੱਤਾਂ ਪੇਪਰ ਬੋਰਡ ਜੈ ਮਸਤਾ ਜੀ ਬੋਲ ਰਹੇ ਨੇ ਟੋਸਟਰ ਚੀਜ਼ ਟੋਟੀ ਉਹ ਨਹੀਂ ਆਰ ਕੀ ਹੈ ਟੋਸਟਰ ਕਿਦਾਂ ਹੋ ਸਕਦਾ ਆਰ ਤੇ ਕੇ ਵੀ ਆ ਗਿਆ ਆਰ ਤੇ ਕੇ ਹੈ ਨਾ ਸਭ ਤੋਂ ਉੱਪਰ ਦੇਖੋ ਤੁਸੀਂ ਉਹਦੇ ਚ ਆਰ ਤੇ ਕੇ ਮਤਲਬ ਉੱਚ ਲਿਖਿਆ ਹੋਇਆ ਕਿਹੜੇ ਕਿਹੜੇ ਵਰਡ ਆ ਗਏ ਚੰਗੀ ਤਰ੍ਹਾਂ ਡਰਾ ਕਰੋ ਪਲੀਜ਼ ਮਨਪ੍ਰੀਤ ਕੌਰ ਜੀ ਬਿਲਕੁਲ ਅਸੀਂ ਤੁਹਾਡੇ ਨਾਲ ਸਹਿਮਤ ਲੜੀ ਜਿਹੜੇ ਕੀਟਾਣੂ ਹੁੰਦੇ ਉਹਨਾਂ ਨੂੰ ਕੀ ਕਹਿੰਦੇ ਆ ਬੈਕਟੀਰੀਆ ਨਹੀਂ ਬੈਕਟੀਰੀਆ ਤਾਂ ਨਾ ਇਹ ਓਏ ਕੁਰਕਰੇ ਸਹੀ ਸੀ ਜਿਹੜਾ ਹੈ ਪਰ ਮੇਰਾ ਹੈ ਸਹੀ ਹੀ ਵੈਸੇ ਹੈ ਨਾ ਬਟ ਆਈਡੀਆ ਲੱਗਣ ਨਹੀਂ ਰਿਹਾ ਨਾ ਇਦਾਂ ਚੈਟ ਚ ਕਿਸੇ ਨੇ ਗੈਸ ਕੀਤਾ ਹੈ ਰੌਕਟ ਬੈਡਰੂਮ ਅਮਰਜੀਤ ਜੀ ਜ਼ਰੂਰ ਜਦੋਂ ਜਲਦੀ ਹੋ ਜਲਦੀ ਤੋਂ ਜਲਦੀ ਟਰਾਈ ਕਰਾਂਗੇ ਚਲੋ ਨੈਕਸਟ ਜਿਹੜੇ ਵੀ ਨੇ ਜਲਦੀ ਜਲਦੀ ਡਰਾ ਕਰੋ ਇੰਨਾ ਮਜ਼ਾ ਆਉਂਦਾ ਦੇਖੋ ਨਾ ਸਾਰੇ ਚੈਨਲ ਵੀ ਪੂਰੀ ਇੰਜੋਏ ਕਰੋ 550 ਲੋਕ ਅਜੇ ਤੱਕ ਨਾਲ ਜੁੜੇ ਹੋਇਆ ਥੈਂਕ ਯੂ ਸੋ ਮੱਚ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਜਲਦੀ ਜਲਦੀ ਲਾਈਕ ਕਰੋ ਬਹੁਤ ਈਜ਼ੀ ਲੱਗ ਰਿਹਾ ਯਾਰ ਮੇਰੀ ਨਾ ਨਿਗਾਹ ਕਮਜ਼ੋਰ ਹੋ ਗਈ ਆ ਹੱਥ ਚੰਦਰਮਾ ਆ ਗਈ ਆ ਯਾਰ ਬਹੁਤ ਸੋਹਣੀ ਡਰਾਇੰਗ ਜਿਹਨੇ ਵੀ ਕੀਤੀ ਕਿਹਨੇ ਕੀਤੀ ਜਸ਼ਨਦੀਪ ਸ਼ਾਊਟ ਆਊਟ ਟੂ ਯੂ ਇਦਾਂ ਤੁਸੀਂ ਵਧੀਆ ਵਧੀਆ ਆਰਟ ਕਰਿਆ ਕਰੋ ਵਧੀਆ ਤੁਹਾਡੀ ਹੈ ਇਹ ਕੀ ਹੈ ਲੱਡੇ ਮੈਨੂੰ ਕੀ ਪਤਾ ਦੱਸ ਨਾ ਓਕੇ 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 ਮੈਂ ਹੈਂਡ ਦਿੰਦਾ ਹੈਂਡਸ ਕਿਦਾਂ ਹੋ ਸਕਦੇ ਇਹ ਕੀ ਆ ਕਲਰ ਚੂਜ਼ ਕੀਤਾ ਵਾ ਪਿਆਨੋ ਨੇ ਸਿਲੰਡਰ ਦੇ ਸਪੈਲਿੰਗ ਚ ਇੱਕ ਅਕਸ਼ਰ ਗਲਤ ਲਿਖਿਆ ਬਸ ਇੰਡੀਅਨ ਚੈਟ ਕੀ ਕਹਿ ਰਹੀ ਆ ਐਚਪੀ ਗੈਸ ਮਨਪ੍ਰੀਤ ਕਰਦੇ ਲੋ ਇੱਕ ਹੋਰ ਬ੍ਰਾਂਡ ਆ ਗਿਆ ਸਿਲੰਡਰ ਕੀ ਹੋ ਗਿਆ ਤੈਨੂੰ ਸਿਲੰਡਰ ਯਾਰ ਯਾਰ ਘਰ ਬੜਾ ਹੋ ਗਿਆ ਨੇ ਦੱਸਦੇ ਪਏ ਲੱਡੀ ਤੁਸੀਂ ਤੇਰੀ ਵਾਰੀ ਆ ਗਈ ਹੁਣ ਮੇਰੀ ਵਾਰੀ ਹਾਂ ਫਾਈਨਲੀ ਵਾਹ ਭਾਜੀ ਡਰਾਈਵ ਮਸਤ ਆ ਬਿਲਕੁਲ ਸਹੀ ਗੱਲ ਪਲੱਸ ਉਹਨਾਂ ਨੇ ਨਾ ਕਲਰ ਵੀ ਬੜਾ ਸਹੀ ਚੂਜ਼ ਕੀਤਾ ਹੈ ਕਿ ਨਹੀਂ ਓਏ ਆ ਕੀ ਆ ਨਹੀਂ ਦੇਖੂੰਗਾ ਮੈਂ ਟੈਨਸ਼ਨ ਨਾ ਲੈ ਇਹ ਤਾਂ ਬੰਦਾ ਆ
ਹੈਗੀ ਆ ਹਾਸੇ ਵਾਲਾ ਬੰਦਾ ਰੋਣ ਵਾਲਾ ਬੰਦਾ ਬੰਦੇ ਦੇ ਮੂੰਹ ਚ ਸੱਪ ਹਰਮਨਜੋਤ ਸਿੰਘ ਇਹ ਗੇਮ ਦਾ ਨਾਮ ਹੈਗਾ ਵਾ ਸਕ੍ਰਿਬਲ ਤੇ ਲਿੰਕ ਭੇਜਾਂਗੇ ਤੁਸੀਂ ਜੁਆਇਨ ਕਰ ਸਕਦੇ ਹੋ ਨੈਕਸਟ ਵਿੱਚ ਆ ਗਈ ਆ ਕੀ ਆ ਲੱਭਣਾ ਕਿਵੇਂ ਚੋਂ ਆ ਪੂਰੀ ਜਿਹੜੀ ਆ ਗਈ ਆ मेरी ड्रॉइंग देख लो और बनाई भी मैं कितनी फटाक से करके रिंग लाइट ਚੈਟ ਚੈਟ ਤੇ ਗਾ ਹੀ ਪੈ ਗਿਆ 600 ਜਣੇ ਜੁਆਇਨ ਕਰ ਗਏ ਆ ਸੁਪਰਮੈਨ ਅੱਛਾ ਮੇਰੀ ਵਾਰੀ ਹੈ ਤੇ ਦੇਖ ਹੀ ਲਿਆ ਮੇਰੀ ਨਿਗਾ ਪੈ ਹੀ ਜਾਣੀ ਹੁਣ ਮੈਂ ਲਾਸਟ ਚ ਠੀਕ ਹੀ ਆ ਤੇ ਬਹੁਤ ਸੌਖਾ ਹੈ ਮਤਲਬ ਚੀਟਿੰਗ ਲਾਟੇ ਤੁਸੀਂ ਸਾਈਡ ਤੋਂ ਕੋ ਲੁੱਕ ਬਣਾਉਨੇ ਆ ਫਰੰਟ ਤੋਂ ਬਣਾਇਆ ਕਰੋ ਲੋਕੀ ਹੋਰ ਕਰ ਲਿਆ ਓ ਰਹਿੰਦੇ ਪਤਾ ਲੋੜ ਹੀ ਨਹੀਂ ਬਣਾਉਂਦੀ ਕਿੱਦਾਂ ਕਿੱਦਾਂ ਯਾਰ ਤੇ ਕਰੇ ਕਲਰ ਵੀ ਸਿਲੈਕਟ ਕਰੀ ਦਿੰਦੇ ਨੇ ਕਲਰ ਕਿੱਥੋਂ ਆਇਆ ਕਲਰ नेहा भरद्वाजी वेलकम टू आवर फैमिली ਜੁੱਤੀ ਲੱਕੀ ਜੁੱਤੀ ਅੱਗੇ ਟਾਂਕੇ ਲੱਗੇ ਹੋਏ ਯਾਰ ਇਹ ਕੋਈ ਜੁੱਤੀ ਆ ਮੈਨੂੰ ਲੱਗਦਾ ਇਹ ਕੀ ਆ ਕੋਈ ਤੇ ਜੁੱਤੀ ਆ ਲੱਕੀ ਜੁੱਤੀ ਟੇਬਲ ਕਹਿ ਰਿਹਾ ਕੋਈ ਜਸਵਿੰਦਰ ਕੌਰ ਜਲਦੀ ਲੁਧਿਆਣੇ ਵੀ ਆਵਾਂਗੇ ਜ਼ਰੂਰ ਆਵਾਂਗੇ ਤੇ ਪਹਿਲਾਂ ਅੰਮ੍ਰਿਤਸਰ ਸੀਰੀਜ਼ ਕੰਪਲੀਟ ਕਰੀਏ ਫਿਰ ਇੱਕ ਆਪਣਾ ਜਿਹੜਾ ਟਰੈਵਲ ਵਲੌਗ ਕਲੀਅਰ ਕਰੋ ਜਲਦੀ ਜਲਦੀ ਕੀ ਹੈ ਇਹ ਪੀਲੇ ਰੰਗ ਦੀ ਜੁੱਤੀ ਕਿਹਨੇ ਗੈਸ ਕੀਤਾ ਅਜੇ ਤੱਕ ਚੀਟਿੰਗ ਚੀਟਿੰਗ ਓਕੇ ਡਨ ਤੂੰ ਕਰ ਲਿਆ ਹਾਂ ਸਿਰਫ ਤੂੰ ਕੀਤਾ ਹਾਂ ਚੰਨ ਓਪੀ ਹੋ ਜਾ ਯਾਰ ਕਮੈਂਟ ਤੇ ਚੰਨ ਓਪੀ ਸਾਰੇ ਕਮੈਂਟ ਸੈਕਸ਼ਨ ਚ ਆਪਾਂ ਨੂੰ ਚੰਨ ਓਪੀ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਜਿਹੜਾ ਤੁਸੀਂ ਦੂਸਰੀ ਟਾਈਮ ਬਣਾਇਆ ਨਾ ਉਹ ਤੋਂ ਗੈਸ ਹੋਇਆ मनप्रीत कौर जल्दी जल्दी ड्रॉइंग करियो टूथपेस्ट क्या ही बट लेट क्या ही बट लेफ्ट ही कर गई अरे यार लेफ्ट का तो करता चलो ਬਾਬਾ ਡਿਟੇਲ ਚ ਕੰਮ ਹੋ ਰਿਹਾ ਡਰਾਇੰਗ ਚ 1 2 3 4 5 ਇਹਦਾ ਫ੍ਰਿਜ ਜੀ ਲੱਗਣ ਦੇ ਮੈਨੂੰ 8 ਬਸ ਕੜਮੀਆਂ ਜੇ ਘਟ ਪਈਆਂ ਫ੍ਰਿਜ ਚ ਨਹੀਂ ਤਾਂ ਫ੍ਰਿਜ ਦੇ ਪੁੰਨੀਆਂ ਹੁੰਦੀਆਂ ਯੈਸ ਮੈਂ ਗੈਸ ਕਰ ਲਿਆ ਹਰ ਅੱਛਾ ਉਹ ਜਿਹੜਾ ਪਿਆ ਵਾ ਉਹ ਲੱਭਣਾ ਆ ਓਏ ਉਹ ਪਿਆ ਨਹੀਂ ਲੱਭਣਾ ਪੂਰੀ ਚੀਜ਼ ਲੱਭਣੀ ਆ ਸਿਨਰੀ ਆ ਧਿਆਨ ਨਾਲ ਦੇਖ ਇੱਕ ਬੰਨੇ ਸੂਰਜ ਆ ਤੇ ਇੱਕ ਬੰਨੇ ਕਾਂ ਆ बारियां दे अंदर चल गए ਅੰਦਰ ਸਾਨੂੰ ਜਾਣਾ ਹੈ ਬਾਹਰੋਂ ਬਾਹਰੋਂ ਦੇਖੋ ਮੈਨੂੰ ਫ੍ਰਿਜ ਲੱਗਣ ਦੀ ਮੈਂ ਕਿ ਗਰਮੀਆਂ ਘਟ ਪਈਆਂ ਫ੍ਰਿਜ ਨਹੀਂ ਹੋ ਸਕਦੀ ਨਹੀਂ ਤਾਂ ਫ੍ਰਿਜ ਦੇ ਤੁੰਨੀਆਂ ਹੁੰਦੀਆਂ ਸਿਮਰਨ ਸੈਣੀ ਵੈਲਕਮ ਟੂ ਮੰਚਰ ਫੈਮਿਲੀ ਬਹੁਤ ਬਹੁਤ ਅਰੇ ਈਜ਼ੀ 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 ਓ ਯਾਰ ਯੈਸ ਸਪੂਨ ਇਹ ਹੈ ਕਲੀਅਰ ਡਰਾਈ ਲੈਗ ਪੀਸ ਕਮੈਂਟ ਸੈਕਸ਼ਨ ਚ ਲੈ ਬਹੁਤ ਸੋਹਣੀ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਪਰ ਉਹ ਮੇਤੋਂ ਟਾਈਪ ਨਹੀਂ ਹੁੰਦਾ ਯਾਰ ਛੇਤੀ ਪਤਾ ਨਹੀਂ ਕਿ ਉਹ ਟਾਈਪ ਉੱਥੇ ਹੁੰਦਾ ਮੈਂ ਇੱਥੇ ਦੇਖ ਲਈ ਕਲਰ ਵੀ ਆਪਣਾ ਚੂਜ਼ ਕੀਤਾ ਵਾ ਕਿ ਬ੍ਰਸ਼ ਦਾ ਕਲਰ ਕਿਹੜਾ ਚਾਹੀਦਾ ਗ੍ਰੇਸੀ ਹਾਰਟ ਸਹੀ ਗੱਲ ਹੈ ਵੈਲਕਮ ਟੂ ਆਰ ਮਤਲਬ ਕ੍ਰੀਏਟੀਵਿਟੀ ਚਮਚਾ ਨਹੀਂ ਨਹੀਂ ਚਮਚਾ ਚ ਚਮਚਾ ਨਹੀਂ ਹੈ ਬ੍ਰਸ਼
ਉਹ ਸਟਾਰਟਿੰਗ ਚ ਚਮਚਾ ਲੱਗ ਰਿਹਾ ਸੀ ਨਾ ਉਹ ਜਦੋਂ ਤੱਕ ਉਹ ਸਟਾਰਟਿੰਗ ਚ ਚਮਚਾ ਲੱਗ ਰਿਹਾ ਹੈ ਬਿਲਕੁਲ ਸਹੀ ਗੱਲ ਹੈ ਪ੍ਰਵੀਨ ਜੀ ਜਲਦੀ ਜਲਦੀ ਜਿੱਦਾਂ ਪਹਿਲਾ ਵਾਰ ਕੀਤਾ ਸੀ ਜਲਦੀ ਜਲਦੀ ਡਰਾਇੰਗ ਕਰਿਓ ਅੱਗੇ ਕੌਣ ਚੱਲਣ ਦਾ ਸਭ ਤੋਂ ਮੈਂ ਹੀ ਚੱਲਣ ਦਾ ਹਾਂ ਮੈਂ ਚੱਲ ਰਿਹਾ ਪ੍ਰਭਨੂਰ ਪ੍ਰਭਨੂਰ ਸਭ ਤੋਂ 1 ਨੰਬਰ 1 ਤੇ ਆ ਮੈਂ ਨੰਬਰ 2 ਤੇ ਆ ਬੜ ਤੋਂ ਕਿਨਵੇਂ ਤੇ 6ਵੇਂ ਨੰਬਰ ਤੇ ਆ ਵਿਕਰਮ ਤੀਜੇ ਤੇ ਆ ਓਏ ਹੋਏ 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 ਆ ਨਹੀਂ ਆ ਗਿਆ ਇਹ ਕੀ ਆ ਓਕੇ ਡਨ ਉਹ ਮੈਂ ਸਾਡੀ ਕਰ ਲਿਆ ਇਹ ਸਾ ਕੀ ਆ ਤੇ ਉਹੀ ਆ ਜਦੋਂ ਵਿਆਹ ਵਾਲੇ ਪਾਈ ਦੀ ਆ ਟਾਈ ਟਾਈ ਦੇ ਸਪੈਲਿੰਗ ਦੇਖ ਮੇਰੀ ਦੇ ਓ ਅੱਛਾ ਇੱਥੇ ਲਾਈ ਦੀ ਆ ਇੱਥੇ ਲਾਈ ਦੀ ਇੱਥੇ ਆਈਡੀ ਯਾਰ ਉਹ ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ ਕ੍ਰੀਏਟੀਵਿਟੀ ਬਲੂ ਕਲਰ ਦੇ ਨਾਲ ਚੱਲ ਰਹੀ ਹੈ ਚਾਰ ਅਕਸ਼ਰਾਂ ਦਾ ਆ ਸਟਾਰ ਨਹੀਂ ਤਾਰਾ ਯਾਰ ਇਹਨੂੰ ਕੁਛ ਕਹਿੰਦੇ ਵੀ ਆ ਇੰਗਲਿਸ਼ ਚ ਕਾਹਦੇ ਚ ਇੰਗਲਿਸ਼ ਚ ਅਰੇ ਸਾਰੇ ਕਰੀ ਜਾ ਰਹੇ ਮਤਲਬ ਬੜੀ ਸ਼ਰਮ ਵਾਲੀ ਗੱਲ ਸੀ ਜੇ ਮੈਂ ਨਾ ਸਿਲੈਕਟ ਕਰ ਪਾਉਂਦੀ ਤਾਂ ਮੈਂ ਤੇ ਅੱਜ ਦੇਖਦਾ ਸਿਮਰਨਜੀਤ ਕੌਰ ਵੈਲਕਮ ਟੂ ਮੰਚਨ ਫੈਮਿਲੀ ਵਿਕਰਮ ਸੰਧੂ ਗੈਸ ਦੀ ਵਰਡ ਮੈਂ ਚੈਟ ਦੇਖੀ ਚੈਟ ਵਾਲੀ ਆ ਨਹੀਂ ਤਾਂ ਬਹੁਤ ਸੋਹਣਾ ਜਸਕਰਨ ਜੀ ਗੁੱਡ ਯਾਰ ਬਹੁਤ ਸੋਹਣਾ ਬਹੁਤ ਵਧੀਆ ਯਾਰ ਪ੍ਰਭਨੂਰ ਬਹੁਤ ਫਾਸਟ ਆ ਵਾਹ ਵਾਹ ਆਪਾਂ ਕਿੱਦਾਂ ਜਿੱਤਾਂਗੇ ਉਦਾਂ ਤੋਂ 4290 ਦੇ ਅੱਗੇ ਆਲਰੇਡੀ ਪਹੁੰਚ ਗਏ ਆ ਸਭ ਤੋਂ ਪਹਿਲਾਂ ਅੱਛਾ ਉਹਨਾਂ ਨੇ ਜਵਾਬ ਦਿੱਤਾ ਉਸ ਤੋਂ ਬਾਅਦ ਮੈਂ ਓ ਹੋ 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 ਪ੍ਰਭਨੂਰ ਬਾਕੇ ਮਨਰਾਜ ਪ੍ਰਾਟ ਮਨਰਾਜ ਪ੍ਰਾਟ ਜੀ ਵੈਲਕਮ ਟੂ ਫੈਮਿਲੀ ਆ ਜੋ ਠਾਠਾ ਕਰਕੇ ਬਟ ਪ੍ਰਭਨੂਰ ਬਹੁਤ ਅੱਗੇ ਆ ਬਹੁਤ ਅੱਗੇ ਇਹ ਕੀ ਆ ਫਲੈਗ ਦੋ ਅਕਸ਼ਰ ਆ ਬੜਾ ਕੀ ਗੈਸ ਕੀ ਕਰਨਾ ਚੋ ਬਣ ਰਿਹਾ ਜੇ
काम करते जो प्रभ नूं गैस करो ना लागे शागे वाला गैस कर लेना पता नहीं की करी जांदी है कुड़ी ये की आ लबना की इचो पूरी चीज है सारी चीज है की आ चैट की कह रही है यस 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 तू लब लिया फोन पे मैं फर्स्ट आके रहूंगा ओए देखो किड्डा सही आ सिंपल आ थले स्टैंड लगा होया वा स्टैंड लगा है तो देखो की हो मैं तो ऊपर किन्नी नाल स्पेशल चीज भी बनाई जे तो पता लगे ये कपड़े प्रेस करने वाली है ना अगले ने तार भी लाती है करंट वाली होंगे यार मैं होण गैस कीता यार किद्दा लगी मेरी पेंटिंग मेरी वीडियो देखना नहीं पता बहुत ही जबरदस्त देखना सुपरमैन चूजिंग अ वर्ड चलो 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 जान सही रहे हो मनवीर जी एस संधु जी बस स्पेलिंग थोड़े जी गलत आ रोलर कोस्टर पे ही आना मनप्रीत कौर बिल्कुल सही किया चार उत्ते देख लगा ना चार आ तुसी तीन पेन तीन वर्ड ना पढ़दा यार ये ड्राइंग गलत आ मनवीर इज चूजिंग अ वर्ड हां मैं ए पढ़या है ना मैं पेन ए पढ़या मेरी मर्जी ए दे बनाउंदे आ वर्ड कंफ्यूज कर सिमरदीप वेलकम टू आवर फैमिली मनवीर जी जल्दी जल्दी बनाओ मनवीर हुन नवा ज्वाइन नहीं होए हां नवे होए आ काफी जने नवे हो जांदे आ चलो इसे बनने पर टॉप करवांगे क्लियर बनाओ क्लियर मिरर भी नहीं है अरे मनप्रीत कौर मिरर दे लागे छे जशनप्रीत कौर वेलकम टू मंचन फैमिली बहुत बहुत सुस्वागतम यस 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 मोर की बस ते आगे रहूंगा आज या तू तीजे नंबर मैं तीजे ते तू दूजे ते है सही जा रहा है 527 जाने के लिए जल्दी जल्दी चैनल सब्सक्राइब करो दरविंदर बेस वेलकम टू आवर फैमिली ओके मैं गेस करके फिर भूल गया कि की बनाया है भला की बनाया है ओ प्रभु नूर जी बाहर चल अच्छा मैं फर्स्ट हो गया क्या रिमोट सिगा रिमोट टॉप ते विक्की टॉप पे आ गया अरे वाह प्रभ नूर जी क्या कर रहे हो विक्रम तार तो आगे निकलता पिया वा कंपटीशन भाई कंपटीशन पूरा चुन्नी लिखन दे कोई चलो चलो स्टार्ट करो कौन है जसविंदर कौर जी लास्ट टाइम ਆਪਾਂ ਜਦੋਂ ਕੀਤਾ ਸੀ ਨਾ ਉਦੋਂ ਜਰਨਲ ਨੋਲੇਜ ਦਾ ਹੀ ਕੀਤਾ ਸੀਗਾ ਤੇ ਇਸ ਟਾਈਮ ਫਿਰ ਅੱਜ ਆਪਾਂ ਹੋਇਆ ਕਿ ਚਲੋ ਆਪਾਂ ਆਪਣੇ ਸਬਸਕ੍ਰਾਈਬਰ ਨਾਲ ਗੱਲਾਂ ਬਾਤਾਂ ਕਰਦੇ ਇਸ ਕਰਕੇ ਆਪਾਂ ਲਾਈਵ ਹੋਏ ਬਹੁਤ ਛੋਟਾ ਜਿਹਾ ਡਿਫਰੈਂਸ ਆ ਕੀ ਹੈ ਕੀ ਆ ਅੱਛਾ ਹੋ ਗਿਆ ਬਸ ਇਹੀ ਆ ਓ ਯਾਰ ਬੜੇ ਮੂੰਹ ਅੱਛਾ ਇਹ ਬਣਾਉਣਾ ਹੈ ਆ ਆ ਕੀ ਆ ਗਾਰਡਨ ਦੇ ਵਿੱਚ ਤੇ ਨਹੀਂ ਜੀ ਏ ਆਰ ਡੀ ਐਨ ਗਾਰਡਨ ਵੀ ਨਹੀਂ ਆ ਆ ਕੀ ਆ ਨਿਰਮਲ ਕੌਰ ਜੀ ਵੈਲਕਮ ਟੂ ਆਰ ਫੈਮਿਲੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਨਚਨ ਫੈਮਿਲੀ ਦੇ ਵਿੱਚ ਕੀ ਹੈ ਲੜੇ ਗਾਰਡਨ ਨੇ ਗੈਸ ਕਰ ਲਿਆ ਹੈ
ਬੜੇ ਗਾਰਡਨ ਨਹੀਂ ਆ ਯਾਰ ਤੇ ਹੋਈ ਹੋਗਾ ਫਿਰ ਨਹੀਂ ਮੈਂ ਤੇ ਵਿੱਕੀ ਕਿੰਨੀ ਛੇਤੀ ਛੇਤੀ ਲੱਗੇ ਚੈਂਜ ਕੀ ਚੱਲਦੇ ਆ ਪਾਰਕ ਨਹੀਂ ਜੀ ਤੋਂ ਸ਼ੁਰੂ ਹੁੰਦਾ ਹੈ ਤੇ ਕੀ ਹੋਊਗਾ ਤੂੰ ਲੱਭ ਲਿਆ ਹਾਂ ਉਹ ਸ਼ਰਮਿੰਦਗੀ ਦੀ ਗੱਲ ਆ ਉਹ ਸਹੀ ਗ੍ਰੇਪਸ ਸੀਗੇ ਗ੍ਰੇਪਸ ਤੇ ਕਿਹੜਾ ਗ੍ਰੇਪਸ ਸੀ ਉਹ ਕਿੱਡੀ ਸਹੀ ਡਰਾਇੰਗ ਸੀਗੀ ਉਹਨਾਂ ਦੀ ਪਰਪਲ ਕਲਰ ਦੇ ਕਿਹੜੇ ਗ੍ਰੇਪਸ ਹੁੰਦੇ ਸਾਰਾ ਗ੍ਰੇਪ ਕਰਦਾ ਨਾ ਉਹਨਾਂ ਨੇ ਉਹਨਾਂ ਨੂੰ ਗਲਤੀ ਨਾ ਹੋ ਜਾਣਾ ਲੇਕਿਨ ਡਰਾਇੰਗ ਬਹੁਤ ਸਹੀ ਸੀਗੀ ਚਲੋ 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 ਓਏ ਹੋਏ 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 ਓਏ ਹੋਏ 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 ਉਹ ਨਹੀਂ ਸੰਤੋਸ਼ੀ ਦੇਵੀ ਜੀ ਵੈਲਕਮ ਟੂ ਅਵਰ ਫੈਮਿਲੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸਬਸਕ੍ਰਾਈਬ ਕਰਨ ਲਈ ਚੈਨਲ ਓਕੇ ਗ੍ਰੀਨ ਕਲਰ ਵੀ ਪਾਇਆ ਹੋਇਆ ਤਾਂ ਮੈਂ ਕਲਰ ਮੈਟਰ ਕਰਦਾ ਜਸ਼ਨਦੀਪ ਆਓ ਕਿਦਾਂ ਕਰੀ ਜਾ ਰਹੇ ਹੋ ਤੁਸੀਂ ਗੈਸ ਬਲਬ ਕੁਛ ਹੈ ਯਾਰ ਸੁਖਮੰਡ ਜੀ ਵੈਲਕਮ ਟੂ ਮਨਚੰਦ ਫੈਮਿਲੀ ਰਿੰਗ ਲਾਈਟ ਅੱਛਾ ਤੂੰ ਸਾਰੇ ਗੈਸ ਕਰ ਗਈ ਵਿੱਕੀ ਅੱਛਾ ਕੀ ਕਰ ਲਿਆ ਹਰਮੀਤ ਕੌਰ ਜੀ ਵੈਲਕਮ ਟੂ ਅਵਰ ਫੈਮਿਲੀ ਬਟ ਯਾਰ ਕੰਪੀਟੀਸ਼ਨ ਨਹੀਂ ਹੋ ਸਕਦਾ ਫਿਰ ਪ੍ਰਭ ਨੂੰ ਜੋ ਕਿੱਥੇ ਅੱਗੇ ਚੱਲ ਗਏ ਯਾਰ 5820 ਪੁਆਇੰਟਸ ਕਿੱਥੇ ਸਾਡੇ 5160 ਪਿੱਛੇ ਆ ਮੈਂ ਤਾਂ ਅਜੇ ਅੱਛਾ ਕੀ ਹਿੰਦੀ ਚ ਕਹਦੇ ਜੇ ਪੰਜਾਬੀ ਚ ਕਹਦੇ ਜੇ ਅਰੇ ਉਹੀ ਆ ਸਲਮਾਨ ਖਾਨ ਦੀ ਮੂਵੀ ਬਣੀ ਜਦੇ ਤੇ ਜਿਹੜੀ ਫਲੌਪ ਹੋਈ ਸੀ ਬਹੁਤ ਤਗੜੀ ਫਲੌਪ ਹੋਈ ਤੇ ਫਿਰ ਕਿੱਥੇ ਦੇਖੀ ਹੋਣੀ ਉਹਦੇ ਜਾਂ ਮੈਂ ਕਰ ਗਈ ਟਿਊਬ ਲਾਈਟ ਸੀਗੀ ਮੈਂ ਲਾਸਟ ਤੇ ਕੀਤਾ ਮੈਂ ਟਿਊਬ ਲਾਈਟ ਲਾਈਕ ਕਰ ਦੋ ਜਲਦੀ ਜਲਦੀ ਯਾਰ ਲਾਸਟ ਆਈ ਥਿੰਕ 1-2 ਹੀ ਆ ਬਸ ਹੋਰ ਬਾਏ ਬਾਏ ਅਰਸ਼ ਸੰਧੂ ਜੀ ਥੈਂਕ ਯੂ ਤੁਸੀਂ ਸਾਨੂੰ ਜੁਆਇਨ ਕੀਤਾ ਔਰ ਬਹੁਤ ਬਹੁਤ ਥੈਂਕ ਯੂ ਅਰਸ਼ ਸੰਧੂ ਪ੍ਰਭੂ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਪਿਆਰ ਤੁਹਾਨੂੰ ਸਾਰਿਆਂ ਨੂੰ ਬਿਲਕੁਲ ਸੋ ਲਾਸਟ ਰਾਉਂਡ ਹੈ ਪਤੀਲਾ ਲੱਗਦਾ ਨਹੀਂ ਇਹ ਕੀ ਆ ਜੈਸਮਿਨ ਕੌਰ ਜੀ ਨੈਕਸਟ ਆਪਾਂ ਜ਼ਰੂਰ ਇੱਦਾਂ ਦਾ ਕੁਛ ਕਰਾਂਗੇ ਤੇ ਯੈਸ ਡਰਾਇੰਗ ਅੱਛੀ ਹੈ ਬਹੁਤ ਅੱਛੀ ਹੈ ਬਹੁਤ ਅੱਛੀ ਹੈ ਆਈ ਕਾਂਟ ਬਲੀਵ ਆਈ ਪਲੇ ਵਿਦ ਮਨਚੰਦ ਥੈਂਕ ਯੂ ਸੋ ਮਚ ਪ੍ਰਵੀਨ ਜੀ ਪੇਪਰ ਪੇਪਰ ਨੂੰ ਹੋਰ ਕੀ ਬੋਲਦੇ ਆ ਪ੍ਰਭੂ ਜੀ ਪਰਵੀਨ ਜੀ ਤੁਸੀਂ ਬਹੁਤ ਵਧੀਆ ਖੇਡ ਰਹੇ ਹੋ ਤੇ ਨੈਕਸਟ ਟਾਈਮ ਫੇਰ ਜੁਆਇਨ ਕਰਿਓ ਸਰ ਹਾਂ ਜਰੂਰ ਜੁਆਇਨ ਕਰਿਓ ਯਾਰ ਮਜ਼ਾ ਆਉਂਦਾ ਪਤਾ ਨਹੀਂ ਕੀ ਹੋਇਆ ਪ੍ਰਭਨੂਰ ਜੀ ਤੁਸੀਂ ਵੀ ਜਰੂਰ ਜੁਆਇਨ ਕਰਿਓ ਸਟੀਮ ਓ ਯਾਰ ਮੈਂ ਸਮੂਹ ਇਸ ਵਾਰ ਪਹਿਲੇ ਬਟ ਪ੍ਰਭਨੂਰ ਨੂੰ ਆਪਾਂ ਲਾਸਟ ਅਗਲੀ ਵਾਰ ਜਰੂਰ ਬੁਲਾਵਾਂਗੇ
ਤੁਮ ਸੰਧੂ ਪ੍ਰੀਤ ਗਿੱਲ ਜੀ ਵੈਲਕਮ ਟੂ ਆਰ ਫੈਮਿਲੀ ਬਹੁਤ ਬਹੁਤ ਸੋਹਣੀ ਡਰਾਇੰਗ ਬਹੁਤ ਸੋਹਣੀ ਸੀ 1 2 3 4 5 ਇੱਕ ਸੈਕਿੰਡ ਸਿਮਰਨਜੀਤ ਕੌਰ ਜੀ ਜ਼ਰੂਰ ਡੋਟ ਵਰੀ ਟੈਨਸ਼ਨ ਨਾ ਲਓ ਅੱਛਾ ਉਹ ਬਹੁਤ ਪੁਰਾਣਾ ਚੈਟ ਵਰ ਕਰਦੇ ਆ ਓਕੇ ਬੋਇਲ ਵਾਟਰ ਦਵਿੰਦਰ ਕੌਰ ਜੀ ਬੋਇਲ ਵਾਟਰ ਧੰਨਵਾਦ ਵੀਰ ਜੀ ਜਸਟਿੰਗ ਦਾ ਥੈਂਕ ਯੂ ਸੋ ਮਚ ਬਸ ਇਦਾਂ ਤੁਸੀਂ ਸਪੋਰਟ ਕਰਦੇ ਰਿਹਾ ਕਰੋ ਲੈ ਬਹੁਤ ਸਹੀ ਡਰਾਇੰਗ ਆ ਭਾਜੀ ਤੁਹਾਡੀ ਆ ਬੀਨ ਵੀ ਬਣਨ ਡਈ ਮੋਰੇ ਪੂਰਾ ਬੀਨ ਵਾਲਾ ਇੱਥੇ ਤਾਂ ਨਹੀਂ ਕਾਪੀਰਾਈਟ ਬਚੂਗਾ ਐਪਲ ਐਪਲ ਕਿਹੜੇ ਵੇਲੇ ਉਹ ਮੂਵੀ ਬਣਾਈ ਚੀਜ਼ ਇਦਾਂ ਦੀ ਬਣਾ ਦੋ ਕਿ ਸਭ ਗੈਸ ਕਰ ਹੀ ਲੈਣ ਚਰਕੌਰ ਇਸ ਚੂਜ਼ਿੰਗ ਅ ਵਰਡ ਚਲੋ ਜੀ ਤੇ ਜਿਹਨਾਂ ਦੀ ਚੈਟ ਜਿਹਨਾਂ ਨੂੰ ਲਾਈਵ ਸਟ੍ਰੀਮ ਅਗਰ ਕਲੀਅਰ ਨਹੀਂ ਦੇਖਦੀ ਤਾਂ ਰੀਫਰੈਸ਼ ਕਰ ਲਓ ਜਾਂ ਫਿਰ ਉਹਦੀ ਕੁਆਲਿਟੀ ਇੰਪਰੂਵ ਵਧਾ ਲਿਓ 720p ਜਾਂ 1080 ਤਾਂ ਥੈਂਕ ਯੂ ਪ੍ਰਵੀਨ ਜੀ ਗ੍ਰੇਟ ਟ੍ਰਾਈ ਇਹ ਕੀ ਆ ਦੇਖੀ ਜੀ ਸਮਝ ਗਏ ਹੈ ਹਮ ਸਮਝ ਗਏ ਹੈ ਹਮ ਬੈਡ ਅਰੇ ਡਰਾਇੰਗ ਤੂੰ ਦੇਖੀ ਨਹੀਂ ਕਿੱਡੀ ਸਹੀ ਸੀਗੀ ਮੁਸਕਾਨ ਖਾਈ ਵੈਲਕਮ ਟੂ ਆਰ ਫੈਮਿਲੀ ਪਾਜੀ ਚੀਟਿੰਗ ਕਰ ਨਹੀਂ ਨਹੀਂ ਮੈਂ ਕੋਈ ਮਨ ਮਨ ਮੈਂ ਚੀਟਿੰਗ ਨਹੀਂ ਕਰਦਾ ਆਪਾਂ ਬੰਦੇ ਨਹੀਂ ਹੈਗੇ ਇਹ ਕੀ ਆ ਅਰੇ ਬਹੁਤ ਈਜ਼ੀ ਆ ਯਾਰ ਹੁਣ ਤਾਂ ਪ੍ਰੋਪਰ ਹੀ ਪਤਾ ਲੱਗ ਗਿਆ ਸੀ ਉਹਨੇ ਸਾਰੇ ਵਿਊ ਬਣਾ ਦਿੱਤੇ ਸਾਈਡ ਵਿਊ ਬਣ ਲੱਗਾ ਹੁਣ जमा ही ना देखी ਬਾਸਰੀ ਹੁਣੇ ਕੀ ਆ ਡੰਡੀ ਦਾ ਪਾਈ ਨਹੀਂ ਲਾਡੀ ਤੁਸੀਂ ਨਹੀਂ ਪੈ ਰਿਹਾ ਉਹ ਸਾਰਿਆਂ ਨੇ ਗੈਸ ਕਰਨਾ ਮੈਂ ਨਹੀਂ ਕਰ ਪਾਇਆ ਇਹ ਕੀ ਆ ਯਾਰ ਕਲੀਅਰ ਆ ਵਿੱਕੀ ਕਿੰਨਾ ਕਲੀਅਰ ਆ ਯਾਰ ਤੂੰ ਆਪਣੇ ਵੀਰ ਦੀ ਇੰਨੀ ਘੈਂਟ ਡਰਾਇੰਗ ਨਹੀਂ ਪਛਾਣ ਪਾ ਰਿਹਾ ਕਲਰ ਮੈਟਰ ਕਰਦਾ ਆ ਅੱਛਾ 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 ਟ੍ਰਾਈ ਕਰ ਦਿਆ ਇਹਨੇ ਵੀ ਕਿ ਚੈਟ ਨਹੀਂ ਦੇਖੀ ਸੀ ਬਣਾ ਨਾ ਉੱਤੇ ਹੈ ਹਾਂ ਥੱਲੇ ਨੂੰ ਉਹਦੀ ਡੰਡੀ ਤਾਂ ਬਣਾਈ ਨਹੀਂ ਤੁਸੀਂ ਮੈਂ ਉਹੀ ਕਹਿ ਰਹੀ ਸੀ ਡੰਡੀ ਰਹਿ ਗਈ ਯਾਰ ਕਾਲੀ ਕਾਲੀ ਚ ਸਿੱਧੇ ਹੀ ਤੁਸੀਂ ਸ਼ੁਰੂ ਕਰ ਦਿੱਤੇ ਹਾਂ ਇੰਦਰਜੀਤ ਸਿੰਘ ਵੈਲਕਮ ਟੂ ਮਨਚਨ ਫੈਮਿਲੀ ਬਹੁਤ ਬਹੁਤ ਸਵਾਗਤ ਹੈ ਰਿਜ਼ਲਟ ਯਾਰ ਮੈਂ ਕਿਆ ਓ ਮੈਂ ਸੈਕਿੰਡ ਵੀ ਨਹੀਂ ਆਇਆ ਬੜੀ ਸ਼ਰਮ ਦੀ ਗੱਲ ਰਬਨੂਰ ਨੂਰਕੌਰ ਵੈਲਕਮ ਅਰੇ ਥੈਂਕ ਯੂ ਸੋ ਮਚ ਯਾਰ ਚਲੋ ਖਤਮ ਕਰਦੇ ਹਾਂ ਅੱਜ ਦਾ ਲਾਈਵ ਇੱਥੇ ਖਤਮ ਕਰਦੇ ਹਾਂ ਉਮੀਦ ਕਰਦੇ ਤੁਹਾਨੂੰ ਲਾਈਵ ਬਹੁਤ ਪਸੰਦ ਆਇਆ ਹੋਊਗਾ ਤੇ ਜੇ ਵਲੌਗ ਲਾਈਵ ਅੱਛਾ ਲੱਗਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਐਮ ਮੁਸਕਾਨ ਜੀ ਵੈਲਕਮ ਟੂ ਆਰ ਫੈਮਿਲੀ ਤੇ ਵਿਕਰਮ ਸੰਧੂ ਵੀਰ ਜੀ ਦਾ ਵੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਥੋੜਾ ਥੱਕੇ ਹੋਏ ਹਾਂ ਬਿਕਾਜ਼ ਅੱਜ ਅਸੀਂ ਬਹੁਤ ਜ਼ਿਆਦਾ ਐਕਸਪਲੋਰ ਕੀਤਾ ਅੰਮ੍ਰਿਤਸਰ ਸਿਟੀ ਨੂੰ ਤੇ ਉਹਦਾ ਕਰਕੇ ਲੱਤਾਂ ਪੈਰ ਬਹੁਤ ਦੁਖਦੇ ਪਏ ਆ ਪਰ ਆਪਾਂ ਕਿਹਾ ਸੀ ਆਪਾਂ ਪ੍ਰੋਮਿਸ ਕੀਤਾ ਲਾਈਵ ਆਉਣ ਲਈ ਸੋ ਇਸ ਲਈ ਲਾਈਵ ਆਣਾ ਹੀ ਆਣਾ ਆ ਤੇ ਸਿਮਰਨਜੋਤ ਕੌਰ ਜੀ ਨੈਕਸਟ ਟਾਈਮ ਜ਼ਰੂਰ ਜੁਆਇਨ ਕਰਿਓ ਤੇ ਪ੍ਰਾਇਰਟੀ ਲਿਸਟ 'ਚ ਤੁਸੀਂ ਨੰਬਰ 1 ਰਹੋਗੇ ਮਾਧਵੀ ਕੌਰ ਵੈਲਕਮ ਟੂ ਆਰ ਫੈਮਿਲੀ ਵਿੱਕੀ ਦੋ ਸ਼ਬਦ ਓਏ ਵਿੱਕੀ ਦੋ ਸ਼ਬਦ ਕਹਿਣਾ ਚਾਹੇਗਾ ਕੁਝ ਮੈਂ ਕਹਿਣਾ ਚਾਹਾਂਗਾ ਕਿ ਅੱਜ ਦੀ ਗੇਮ 'ਚ ਬੜਾ ਮਜ਼ਾ ਆਇਆ ਅੱਜ ਸਾਰੇ ਜਿੰਨੇ ਵੀ ਹੈਗੇ ਸੀ ਨਾ ਪਲੇਅਰ ਐਕਚੁਅਲੀ ਕਿਆ ਖੇਲ ਰਹੇ ਸੀ ਹਾਂ ਵਧੀਆ ਵਧੀਆ ਬਲੌਗਰ ਸਾਰੇ ਜਿਹੜੇ ਜ਼ਰੂਰ ਜੁਆਇਨ ਕਰਿਓ ਹਾਂ ਬਿਲਕੁਲ ਯਾਰ ਨੈਕਸਟ ਟਾਈਮ ਜਦੋਂ ਸਕ੍ਰਿਬਲ ਕਰਾਂਗੇ ਨਾ ਤੇ ਜ਼ਰੂਰ ਜੁਆਇਨ ਕਰਿਓ ਤੁਸੀਂ ਸਾਰੇ ਜਿਹੜੇ ਨਹੀਂ ਨੈਕਸਟ ਟਾਈਮ ਥੋੜਾ ਯਾਰ ਕਰਾਂਗੇ ਕੰਪੀਟੀਸ਼ਨ ਹਾਂ ਬਿਲਕੁਲ ਨਹੀਂ ਵਧੀਆ ਸੀਗਾ ਅੱਜ ਮਜ਼ਾ ਆਇਆ ਅੱਜ ਪ੍ਰੋਪਰ ਮਜ਼ਾ ਆਇਆ ਮਜ਼ਾ ਆਇਆ ਬਿਕਾਜ਼ ਸਾਰਿਆਂ ਨੇ ਬੜੀ ਮਤਲਬ ਕਿ ਇੰਟਰਸਟ ਰੱਖ ਕੇ ਖੇਡੇ ਸਾਰੇ ਜਣੇ ਤੇ ਬੜੀ ਸਪੀਡ ਨਾਲ ਵੀ ਖੇਡੇ ਪਹਿਲਾਂ ਪਹਿਲਾਂ ਥੋੜਾ ਜਿਹਾ ਹਿੱਲਿਆ ਕੰਮ ਪਰ ਉਸ ਤੋਂ ਬਾਅਦ ਬਹੁਤ ਵਧੀਆ ਖੇਡੇ ਤੇ ਤੁਸੀਂ ਅਸੀਂ ਇਦਾਂ ਦੀਆਂ ਹੋਰ ਗੇਮਸ ਸੋਚ ਰਹੇ ਹਾਂ ਹੋਰ ਕਰ ਰਹੇ ਹਾਂ ਬਿਕਾਜ਼ ਅਸੀਂ ਤੁਹਾਡੇ ਸਾਰਿਆਂ ਦੇ ਤੁਸੀਂ ਇੰਨੇ ਸਾਥ ਦੇ ਰਹੇ ਹੋ ਬਹੁਤ ਕੁਝ ਚੀਜ਼ਾਂ ਸੋਚੀਆਂ ਹੋਈਆਂ ਨੇ ਜਿਵੇਂ ਹੁਣ ਆਪਾਂ ਐਕਸਪਲੋਰਿੰਗ ਸੋਚਿਆ ਹੋਇਆ ਉਸ ਤੋਂ ਬਾਅਦ ਆਪਾਂ ਇਹ ਗੇਮਸ ਵਗੈਰਾ ਲਾਈਵ ਆ ਕੇ ਖੇਡਣੀ ਆ ਸੋ ਸਭ ਕੁਝ ਮੈਨੇਜ ਕਰਨ ਲਈ ਅੱਧਾ ਪੌਣਾ ਘੰਟਾ ਉੱਪਰ ਥੱਲੇ ਹੋ ਜਾਂਦਾ ਪਲੀਜ਼ ਮੈਨੇਜ ਕਰ ਲਿਆ ਕਰੋ ਤੇ ਇੱਦਾਂ ਹੀ ਬਸ ਸਪੋਰਟ ਕਰਦੇ ਰਹੋ ਤੇ ਅੱਜ ਦੀ ਲਾਈਵ ਸਟ੍ਰੀਮ ਇੱਥੇ ਖਤਮ ਕਰਦੇ ਆ ਮਿਲਦੇ ਆ ਜੀ ਕਿਸੇ ਅਗਲੇ ਲਾਈਵ ਚ ਬਾਏ ਬਾਏ ਸਾਰਿਆਂ ਨੂੰ ਜਿਨ੍ਹਾਂ ਨੇ ਜੁਆਇਨ ਕੀਤਾ ਬਾਏ
ओके जी, बाय बाय, टाटा बाय। नजर रखियो, नजर रखियो, साडे ते नजर रखियो, नजर रखियो, नजर रखियो, साडे ते नजर रखियो। जान देसी जान देसी ओ अपने मुहों दस्यो, नजर रखियो, नजर रखियो, साडे ते नजर रखियो।